ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਐਸੇ ਮਹਾਂਪੁਰਖ ਜਿਨ੍ਹਾਂ ਦਾ ਕਿ ਆਪਾਂ ਸਾਰਿਆਂ ਨੇ ਦੀਦਾਰ ਵੀ ਕੀਤਾ, ਉਹਨਾਂ ਦੀ ਸੰਗਤ ਵੀ ਕੀਤੀ, ਅਤੇ ਉਹ ਸਾਨੂੰ ਇੱਕ ਸਦੀਵੀ ਵਿਛੋੜਾ ਦੇ ਕੇ ਨੇ, ਉਹ ਸੱਚੀ ਦਰਗਾਹ ਦੇ ਵਿੱਚ ਜਾ ਕੇ ਆਪਣਾ ਸਥਾਨ ਗ੍ਰਹਿਣ ਕੀਤਾ। ਉਸੇ ਪ੍ਰਥਾਈ ਕੁਝ ਵਿਚਾਰਾਂ ਅੱਜ ਆਪਾਂ ਸਾਂਝੀਆਂ ਕਰਨ ਜਾ ਰਹੇ ਹਾਂ ਸਾਡੇ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਜੋ ਕਿ ਚੇਅਰਮੈਨ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੋਹੋ ਰੋਡ ਬਰਮਿੰਗਮ ਤੋਂ, ਨਾਲ ਹੀ ਸੰਗਤ ਟੀਵੀ ਦੇ ਚੇਅਰਮੈਨ ਦੇ ਰੂਪ ਵਿੱਚ, ਅਤੇ ਹੋਰ ਵੀ ਬਹੁਤ ਸਾਰੀਆਂ ਇੰਟਰਨੈਸ਼ਨਲ ਜੋ ਸੁਸਾਇਟੀਜ਼ ਨੇ ਜਾਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੀਆਂ ਭੂਮਿਕਾ ਨਿਭਾ ਕੇ ਵਰਲਡ ਪੀਸ ਦੇ ਵਾਸਤੇ ਬਹੁਤ ਵੱਡਾ ਕਾਰਜ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਜੀ ਆਪ ਜੀ ਦਾ ਸਵਾਗਤ ਕਰਦੇ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ, ਕੁਛ ਸਮਾਂ ਪਹਿਲਾਂ ਵੀ ਆਪਾਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਮੈਨੂੰ ਲੱਗਦਾ ਕਿ ਹਫ਼ਤਾ ਕੁ ਪਹਿਲਾਂ ਦੀ ਗੱਲ ਹੈ, ਅਤੇ ਆਪਾਂ ਬੈਠੇ ਸੀ, ਗੁਰੂ ਨਾਨਕ ਸਾਹਿਬ ਜੀ ਦੇ ਉਸ ਦਰ ਦੀ ਵਿਚਾਰ ਸਾਂਝੀ ਕੀਤੀ, ਅਤੇ ਨਾਲ ਹੀ ਨਾਲ ਕਿਉਂਕਿ ਉਸ ਦਿਨ ਸੰਤ ਬਾਬਾ ਲਾਭ ਸਿੰਘ ਜੀ ਵੀ ਉੱਥੇ ਆਏ ਸਨ, ਅਤੇ ਬੜਾ ਹੀ ਇੱਕ ਰੱਬੀ ਰੰਗ ਦੇ ਵਿੱਚ ਆਪ ਜੀ ਦੇ ਨਾਲ ਉਹਨਾਂ ਦਾ ਪਿਆਰ ਸਾਂਝਾ ਹੋਇਆ ਸੀ। ਚੌਪਾਈ ਸਾਹਿਬ ਦੇ ਪਾਠ ਆਪ ਜੀ ਨੇ ਕੀਤੇ, ਨਾਮ ਜਪਿਆ, ਇੱਕ ਬੜਾ ਹੀ ਵੱਖਰਾ ਜਿਹਾ ਨਜ਼ਾਰਾ ਆਪਾਂ ਸਾਰਾ ਉਹ ਤੱਕਿਆ, ਅਤੇ ਉਸ ਤੋਂ ਕਰੀਬ ਹਫ਼ਤੇ ਬਾਅਦ ਹੀ ਸਾਨੂੰ ਇਹ ਇੱਕ ਦੁੱਖਦਾਈ ਖਬਰ ਕਹਿ ਸਕਦੇ ਹਾਂ। ਦੁੱਖ ਤਾਂ ਹੁੰਦਾ ਹੀ ਹੈ, ਵਿਛੋੜੇ ਦਾ ਦੁੱਖ ਤਾਂ ਹੈ ਹੀ ਹੈ, ਪਰ ਮੈਂ ਚਾਹਾਂਗਾ ਕਿ ਕੁਝ ਯਾਦਾਂ, ਕਿਉਂਕਿ ਜਾਂਦੇ ਤਾਂ ਕਿਤੇ ਨਹੀਂ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਅਤੇ ਅਸੀਂ ਚਾਹਾਂਗੇ ਕਿ ਅੱਜ ਵੀ, ਕਿਉਂਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ, ਉਹਨਾਂ ਦੇ ਮਨਾਂ 'ਚ ਵੀ ਬਹਿਬਲਤਾ ਹੈ, ਕੁਝ ਵਿਚਾਰਾਂ ਆਪ ਜੀ ਉਹਨਾਂ ਦੇ ਪ੍ਰਥਾਏ, ਸੰਤ ਬਾਬਾ ਸੇਵਾ ਸਿੰਘ ਜੀ ਦੇ ਪ੍ਰਥਾਏ ਸਾਡੇ ਨਾਲ ਸਾਂਝੀਆਂ ਕਰੋ ਜੀ। ਗੁਰਪ੍ਰੀਤ ਸਿੰਘ ਜੀ, ਮਹਾਰਾਜ ਦੀ ਬਾਣੀ ਜਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਧੂ ਵੀ ਸੰਸਾਰ 'ਚ ਹੈ, ਦੁਨੀਆਂ ਬਹੁਤ ਮੰਨਣ ਨੂੰ ਤਿਆਰ ਨਹੀਂ, ਮਨ ਅਸਾਧ ਸਾਧੇ ਜਣ ਖੋਏ, ਕੋਟਨ ਮੇ ਕੋ ਹੋਊਗਾ ਲੇਕਿਨ ਸਾਧੂ ਹੈ ਜੀ। ਸੋ ਇਹ ਇੱਕ ਮਿਸਾਲ ਸਾਧੂ ਦੀ, ਪੂਜੇ ਬਾਬਾ ਲਾਭ ਸਿੰਘ ਸਾਹਿਬ। ਸਾਧੂ ਦਾ ਜਿਹੜਾ ਕੰਮ ਹੈ, ਉਹ ਆਪਣੇ ਮਨ ਨੂੰ ਸਾਧ ਕੇ ਉਹ ਫਿਰ ਗੁਣਾਂ ਦਾ ਉਹਦੇ ਕੋਲ ਸਮਝੋ ਸਮੁੰਦਰ ਹੁੰਦਾ, ਵਾਹਿਗੁਰੂ, ਦਇਆ, ਸਤ, ਸੰਤੋਖ, ਨਿਮਰਤਾ, ਪ੍ਰੇਮ, ਤਿਆਗ, ਵਿਰਾਗ, ਇਹ ਉਹਦੀਆਂ ਗੱਲਾਂ ਹੁੰਦੀਆਂ ਹਨ। ਸੋ ਬਾਬਾ ਜੀ ਦੇ ਨਾਲ 1977 ਤੋਂ ਬਹੁਤ ਪਿਆਰ ਹੈ ਸਾਡਾ, ਸਾਡੇ ਸੀਸ 'ਤੇ ਉਹਨਾਂ ਨੇ ਦਸਤਾਰ ਬੰਨ ਦਿੱਤੀ ਸੀ, ਸਾਨੂੰ ਨਹੀਂ ਪੁੱਛਿਆ, ਕਿਸੇ ਨੂੰ ਪੁੱਛਿਆ ਨਹੀਂ। ਅੱਛਾ ਜੀ। ਅਸੀਂ ਗਰੀਬ ਨਹੀਂ ਜਾਣ ਸਕਦੇ ਉਹਨਾਂ ਨੂੰ ਕੀ ਨਜ਼ਰ ਆਇਆ, ਕਿਉਂ ਇਹਨੂੰ ਉਹਨਾਂ ਨੇ ਕੀਤਾ, ਲੇਕਿਨ ਉਹਨੇ ਕਰ ਦਿੱਤਾ, ਬਚਨ ਨਹੀਂ ਕੋਈ ਕਹੇ। ਅੱਛਾ, ਬਚਨ ਨਹੀਂ ਕੀਤਾ, ਦਸਤਾਰ ਸਜਾ ਦਿੱਤੀ, ਅਤੇ ਅਸੀਂ ਵੀ ਬਚਨ ਨਹੀਂ ਕੁਛ ਕੀਤਾ। ਤਾਂ ਬੌਰ ਸਾਹਿਬ ਦੀ ਇਹ ਗੱਲ ਹੈ, ਮਹਾਰਾਜ ਦੀ ਹਜ਼ੂਰੀ ਵਿੱਚ ਹੋਇਆ ਜੀ, ਲੇਕਿਨ ਇਹ ਫਿਰ ਤੁਸੀਂ ਦੇਖੋ ਕਿ ਉਸ 77 ਦੀ ਗੱਲ ਹੈ, ਨਹੀਂ 93 ਦੀ ਗੱਲ ਹੈ ਜੀ, ਅਤੇ 95 'ਚ ਫਿਰ ਜਦੋਂ ਆਪਾਂ ਸੇਵਾ ਦਰਬਾਰ ਸਾਹਿਬ ਦੀ ਆਰੰਭ ਕੀਤੀ ਜੀ, 5 ਗੁਰਮੁਖਾਂ ਨੇ ਜਿਹੜੀ ਸੇਵਾ ਕੀਤੀ, ਉਹਨਾਂ 'ਚ ਬਾਬਾ ਜੀ ਲਾਭ ਸਿੰਘ ਵੀ ਸਨ। ਵਾਹਿਗੁਰੂ ਜੀ,
ਉਹ ਸਨ ਉਹਦੇ ਵਿੱਚ। ਅਤੇ ਫਿਰ ਅਸੀਂ ਦੇਖਦੇ ਹਾਂ ਹੋਰ ਵੀ ਸੇਵਾਵਾਂ 'ਚ 2008 ਵਿੱਚ 300 ਸਾਲਾਂ ਜਿਹੜਾ ਸੀਗਾ ਲੰਗਰ ਇਕੱਠੇ ਚਲਾਇਆ ਹਜ਼ੂਰ ਸਾਹਿਬ, ਉਦੋਂ ਤੋਂ ਸਾਨੂੰ ਕਹਿਣ ਲੱਗ ਗਏ ਸੀ ਭਾਈ ਸਾਹਿਬ ਆਪਾਂ ਸੇਵਾ ਇਕੱਠੀ ਕਰ ਲਿਆ ਕਰਨੀ ਹੈ। ਸਤਿਵਚਨ ਬਾਬਾ ਜੀ ਫਿਰ ਪਟਨਾ 350 ਸਾਲਾਂ ਲੰਗਰ ਇਕੱਠਿਆਂ ਚਲਾਇਆ, ਫਿਰ 350 ਸਾਲਾਂ ਅਫਰੀਕਾ ਜਾ ਕੇ ਮਨਾਇਆ ਇਕੱਠਿਆਂ ਨੇ। ਸੇਵਾਦਾਰ ਕਹਿਣ ਲੱਗੇ ਬਾਬਾ ਜੀ ਠੀਕ ਨਹੀਂ। ਅਸੀਂ ਟੈਲੀਫੋਨ ਕੀਤਾ ਬਾਬਾ ਜੀ ਆਪ ਵੀ ਕਿਸ ਤਰ੍ਹਾਂ ਹੋ ਅਤੇ ਆਪਾਂ ਨੂੰ ਵੀ ਆਉਣਾ ਸੀਗਾ। ਹਾਂਜੀ ਕਹਿੰਦੇ ਚਲੋ। ਅਤੇ ਉਹਨਾਂ ਦੇ ਪਿਆਰ ਵਾਲੇ ਕਈ ਇੱਥੋਂ ਆਨੰਦਪੁਰ ਤੋਂ ਦੇਖੋ ਜੋੜੇ ਨਹੀਂ ਪਾ ਕੇ ਗਏ। ਅੱਛਾ ਜੀ। ਦਿੱਲੀ ਤੱਕ ਪਲੇਨ ਵਿੱਚ ਵੀ ਜੋੜਿਆਂ ਤੋਂ ਬਗੈਰ, ਅਤੇ ਉੱਥੇ ਅਫਰੀਕਾ ਵੀ ਬਗੈਰ ਜੋੜਿਆਂ ਤੋਂ ਉਤਰੇ। ਇਹ ਗੁਰੂ ਦੀ ਸੇਵਾ ਕੁਛ ਗੱਲ ਹੋਰ ਹੈ। ਜਿਨ੍ਹਾਂ ਨੂੰ ਭਾਵ ਜਿਨ੍ਹਾਂ ਨੂੰ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ। ਇਹ ਤਾਂ ਲੱਗੀਆਂ ਵਾਲੇ ਜਾਣਦੇ ਬੇਕਦਰਾਂ ਨੂੰ, ਜਿਨ੍ਹਾਂ ਨੂੰ ਲੱਗੀ ਹੈ। ਨਹੀਂ ਤਾਂ ਕੋਈ ਕਹਿ ਸਕਦਾ ਕਿ ਜੋੜਾ ਨਾ ਪਾਉਣਾ ਇਹਦੇ 'ਚ ਕੀ ਫਰਕ ਪੈਂਦਾ, ਪਾ ਲੈਣਾ ਜਾਂ ਨਾ ਪਾ ਲੈਣਾ, ਪਰ ਉਹਨਾਂ ਦੇ ਮਨ ਦੀ ਕੀ ਭਾਵਨਾ ਸੀ ਇਹ ਤਾਂ ਹੁਣ। ਉਹ ਤਾਂ ਕਿ ਗੁਰੂ ਦੀ ਸੇਵਾ ਕਰਨ ਚੱਲੇ ਹਾਂ, ਜਿੱਦਾਂ ਪੁਰਾਤਨ ਸਿੱਖ ਜਾਂਦੇ ਸਨ ਜੋੜਾ ਘਰ ਲਾ ਕੇ ਜਾਂਦੇ ਸੀ, ਪਿੰਡਾਂ ਤੋਂ ਜਾਂਦੇ ਸੀ ਕਹਿੰਦੇ ਸੀ ਅਸੀਂ ਚੱਲੇ ਹਾਂ ਅਤੇ ਜੋੜਾ ਨਹੀਂ ਪਾਉਣਾ, ਕੰਡੇ ਲੱਗ ਜਾਣ ਨਾ ਲੱਗ ਜਾਣ। ਇਹ ਵੀ ਇੱਕ ਸਮਝਦੇ ਸੀ ਬਹੁਤ ਜ਼ਰੂਰੀ ਗੱਲ ਆ। ਸੋ ਇਸ ਤਰ੍ਹਾਂ ਫਿਰ ਬਾਬਾ ਜੀ ਹੁਣ ਇਹ ਸੁਲਤਾਨਪੁਰ ਲੋਧੀ ਵਾਲੀ ਵੀ ਜਿਹੜੀ ਸੇਵਾ ਹੈ ਇੱਕ ਓਂਕਾਰ ਮੂਲ ਮੰਤਰ ਸਥਾਨ ਦੀ, ਉਹ ਵੀ ਦੇਖੋ ਸਾਂਝੀ ਫੇਰ ਕੋਈ ਬਣ ਗਈ ਹੈ ਵਿਦ ਇਕੱਠੇ ਕਰੀ ਜਾ ਰਹੇ ਹਾਂ। ਸੋ ਅਸੀਂ ਦੇਖਿਆ ਕਿ ਇੱਕ ਸਾਧ ਬਚਨ ਅਟਲਾ ਦਾ, ਸਾਧੂ ਦਾ ਜੇ ਕਿਹਾ ਨਾ ਉਹ ਹੋ ਜਾਣਾ। ਮਹਾਰਾਜ ਜੀ ਕਹਿੰਦੇ ਜ਼ਮੀਨ ਫਟ ਜਾਏਗੀ ਜੇ ਉਹਨਾਂ ਨੇ ਕਹਿ ਦਿੱਤਾ, ਅਸਮਾਨ ਡਿੱਗ ਪਊਗਾ ਜੇ ਕਹਿ ਦਿੱਤਾ। ਹਾਂ ਸਾਧੂ ਕੋਈ ਛੋਟੀ ਗੱਲ ਨਹੀਂ। ਮੇਰੀ ਬਾਂਦੀ ਭਗਤ ਸਿਧਾਵੇ, ਬਾਂਦੇ ਭਗਤ ਨਾ ਛੂਟੇ ਮੋਹੇ। ਇਹ ਰੱਬ ਦਾ, ਰੱਬ ਭਗਤਾਂ ਦੇ ਪਿਆਰ ਦੇ ਵਿੱਚ ਬੱਝਾ ਹੁੰਦਾ ਹੈ ਅਤੇ ਐਸੇ ਭਗਤ ਐਸੇ ਸਾਧੂ ਬਹੁਤ ਵਿਰਲੇ। ਭਗਤ ਜਨਾ ਕੀ ਹਰ ਜਿਉ ਰੱਖੇ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਹੁਣ ਭਗਤ ਸਾਧੂ ਕੋਈ ਅੰਤਰ ਹੈ? ਅਸੀਂ ਕਹਿੰਦੇ ਨਹੀਂ, ਅੰਤਰ ਨਹੀਂ, ਸਾਧੂ ਭਗਤ ਇੱਕੋ ਹੀ ਹੈ ਜੀ। ਸੋ ਬਾਬਾ ਜੀ ਸਾਧੂ ਸਨ। ਸੋ ਪਿਛਲੀ ਵਾਰੀ ਸੁਲਤਾਨਪੁਰ ਲੋਧੀ ਦਰਬਾਰ ਸਾਹਿਬ ਕਹਿੰਦੇ ਸੀ ਸਾਨੂੰ ਲੈ ਕੇ ਚੱਲੋ ਸੇਵਾਦਾਰਾਂ ਨੂੰ ਜੀ। ਅਤੇ ਉਸ ਤੋਂ ਪਹਿਲਾਂ ਜਦੋਂ ਅਸੀਂ ਆਏ ਤਾਂ ਉਦੋਂ ਇੱਕ ਦਿਨ ਤਾਂ ਬਹੁਤ ਪਿਆਰ ਨਾਲ ਬਚਨ ਕੀਤੇ ਅਤੇ ਦੂਸਰੇ ਦਿਨ ਤਾਂ ਉੱਠੇ ਹੀ ਨਹੀਂ ਜੀ, ਨਿੱਤਰ ਹੀ ਨਹੀਂ ਖੋਲ੍ਹੇ, ਇੰਨੇ ਢਿੱਲੇ ਲੱਗਦੇ ਸੀ। ਅਤੇ ਫਿਰ ਇਹ ਪਿੱਛੇ ਜੇ ਹੁਣ ਕਹਿੰਦੇ ਕਿ ਲੈ ਕੇ ਚੱਲੋ ਸਾਨੂੰ ਦਰਬਾਰ ਸਾਹਿਬ, ਕਿਉਂ ਨਹੀਂ ਲੈ ਕੇ ਚੱਲਦੇ? ਅਤੇ ਅਸੀਂ ਆਉਣਾ ਸੀ ਕਿਉਂਕਿ ਸਲੈਬ ਪੈਣੀ ਸੀ ਜੀ ਜੀ ਦੂਸਰੀ। ਹਾਂਜੀ ਹਾਂਜੀ। ਅਤੇ ਅਸੀਂ ਕਹਿੰਦੇ ਸੀ ਅਸੀਂ ਜਾਣਾ ਹੈ, ਲੇਕਿਨ ਬਾਬਾ ਜੀ ਦੇ ਦਰਸ਼ਨ ਅਸੀਂ ਕਿੱਦਾਂ ਕਰਾਂਗੇ, ਟਾਈਮ ਸਾਡੇ ਕੋਲ ਬੜਾ ਥੋੜ੍ਹਾ। ਸਾਡੀ ਜਿੱਦਾਂ ਮਜਬੂਰੀ ਨਹੀਂ ਸਮਝ ਲਈ ਹੁੰਦੀ ਉਹਨਾਂ ਨੇ, ਜਿਸ ਤਰ੍ਹਾਂ ਉਹ ਆਪ ਦਰਸ਼ਨ ਦੇਣ ਵਾਸਤੇ ਆ ਗਏ, ਆਪ ਆ ਗਏ। ਸਾਧੂ ਇਹ ਨਾ ਬਿਨ ਬੋਲੇ ਮੇਰੀ ਬਿਰਥਾ ਜਾਨੀ ਵਾਲੀ ਗੱਲ ਹੋ ਜਾਂਦੀ ਹੈ। ਸਾਧੂ ਜਿਹੜੇ ਹੈ ਨੇ ਉਹਨਾਂ ਦਾ ਇਹ ਕੰਮ ਹੈ, ਆਮ ਸੰਸਾਰ ਦਾ ਨਹੀਂ ਇਹ ਕੰਮ ਹੈ। ਸੋ ਤੁਸੀਂ ਦੇਖਦੇ ਹੋ ਫਿਰ ਅੱਜ ਸਵੇਰੇ ਉਹਨਾਂ ਨੇ ਬੜੀ ਕਿਰਪਾ ਕੀਤੀ, ਅਸੀਂ ਇਹੀ ਕਹਿ ਸਕਦੇ ਹਾਂ ਕਿ ਕਿਹਾ ਕਿ ਸਾਨੂੰ ਥੋੜ੍ਹਾ ਜਿਹਾ ਮੌਕਾ ਦਿੱਤਾ ਕਿ ਉਹਨਾਂ ਦਾ ਇਸ਼ਨਾਨ ਕਰਾ ਸਕੇ। ਸੋ ਸਾਰੀ ਰਾਤ ਸੰਗਤ ਆਈ ਗਈ ਹੈ ਅਤੇ ਸਵੇਰੇ ਫਿਰ ਗਹਿਮਾ ਗਏ ਔਰ ਉਹ ਅਸੀਂ ਤੱਕਦੇ ਸਾਂ ਕਿਸ ਤਰ੍ਹਾਂ
ਕੈਪੇਬਲ ਹੋ ਕੇ ਤੇ ਉਹ ਜਾਂਦੇ ਸੀ ਕਿ ਕਿਸੇ ਤਰ੍ਹਾਂ ਹੱਥ ਲੱਗ ਜਾਵੇ ਟਰੱਕ ਨੂੰ, ਟਰੱਕ ਨੂੰ ਹੱਥ ਲੱਗ ਜਾਵੇ, ਕਿਉਂਕਿ ਉੱਤੇ ਉਹਨਾਂ ਦਾ ਸਰੀਰ ਹੈ, ਸਰੀਰ ਦਿਸਦਾ ਨਹੀਂ ਦਿਸਦਾ ਉਹਨਾਂ ਨੂੰ, ਨਹੀਂ ਟਰੱਕ ਨੂੰ ਤਾਂ ਹੱਥ ਲੱਗ ਜਾਵੇ ਜਾਂਦੇ ਜਾਂਦੇ। ਦੇਹੀ ਕਿਸਕੀ ਬਾਪਰੀ ਪੁੱਤਰ ਹੋਏਗੋ ਗ੍ਰਾਮ ਵਾਲੀ ਗੱਲ ਹੈ। ਉਸ ਵੇਲੇ ਵੀ ਬਾਬਾ ਕਬੀਰ ਸਾਹਿਬ ਦੇ ਨਾਲ ਵੀ ਕਈ ਲੋਕ ਹੋ ਸਕਦਾ ਕੋਈ ਬਚਨ ਐਸੇ ਕਰਦੇ ਹੋਣ ਕਿ ਬਾਬਾ ਜੀ ਨੂੰ ਇਹ ਬਚਨ ਕਹਿਣ ਪਏ। ਦੇਹੀ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ, ਉਹ ਦੇਹੀ ਦਾ ਹੀ ਪ੍ਰਤਾਪ ਅੱਜ ਜਿਹੜਾ ਆਪਾਂ ਸਾਰਿਆਂ ਨੇ ਤੱਕਿਆ ਹੈ, ਜੋ ਸੰਗਤ ਜੀ ਆਪ ਜੀ ਨੇ ਵੀ ਸਾਰਾ ਕੁਝ ਦੇਖਿਆ ਹੋਏਗਾ ਕਿ ਕਿੰਨੇ ਵਿਰਾਗ ਦੇ ਵਿੱਚ ਜੇ ਗੱਡੀ ਤੇਜ਼ ਹੋ ਜਾਂਦੀ ਦੌੜਨਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਗਰਮੀ ਅੱਤ ਦੀ ਸੀ ਕਿ ਜਲ ਛਕਾਉਣ ਵਾਸਤੇ ਸੇਵਾਦਾਰ ਸੇਵਾ ਲੱਗੇ ਸੀ, ਅਤੇ ਕਰੀਬ ਜਦੋਂ ਕੀਰਤਪੁਰ ਸਾਹਿਬ ਦੇ ਲਾਗੇ ਪਹੁੰਚ ਗਏ ਅਤੇ ਬਾਰਿਸ਼ ਇੰਨੀ ਤੇਜ਼ ਆਈ ਹੈ ਅਤੇ ਉਹਦੇ ਵਿੱਚ ਵੀ ਕਿਸੇ ਦੇ ਪਿਆਰ 'ਚ ਕੋਈ ਕਮੀ ਨਹੀਂ ਆਈ, ਜਾਏ ਮਿਲਾਂ ਅਤੇ ਨਾ ਸੱਜਣਾ ਮੇਰਾ ਟੁੱਟੇ ਨਾ ਹੀ ਨਿਓ। ਸੋ ਐਸੇ ਐਸੇ ਜਜ਼ਬੇ ਜਿਹੜੇ ਸੰਗਤਾਂ ਦੇ ਮਨਾਂ ਦੇ, ਮੈਨੂੰ ਲੱਗਦਾ ਕਿ ਉਹ ਪਿਆਰ ਹੀ ਉਹਨਾਂ ਦਾ ਝਲਕ ਰਿਹਾ ਸੀ ਅੱਜ ਸਾਰਾ। ਵਾਕਈ ਗਲੀਆਂ ਚਿੱਕੜ ਦੂਰ ਕਰ, ਇਸ ਤਰ੍ਹਾਂ ਸ਼ਬਦ ਉਹੋ ਜਿਹੀ ਜਦੋਂ ਪਿਆਰ ਵਾਲਿਆਂ ਨੂੰ ਉਹੋ ਜਿਹੀ ਸ਼ਬਦ ਜਿਹੜੇ ਨੇ ਉਹ ਯਾਦ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਹੈ ਇਹ ਗੱਲ। ਹਾਂਜੀ, ਇਹਨਾਂ ਨੂੰ ਇਹ ਕਿਉਂ ਇਹ ਉੱਥੇ ਦੂਰ ਖੜੇ ਨੇ, ਜੋੜੇ ਲਾ ਕੇ ਇੱਕ ਪਾਸੇ ਖੜੇ ਨੇ ਹੱਥ ਬੰਨ ਕੇ ਸਾਰੇ, ਐਂ ਕਿ ਇੱਥੋਂ ਦੀ ਲੰਘ ਰਹੀ ਹੈ ਸਵਾਰੀ, ਇਹ ਕੋਈ ਵਾਈਬ੍ਰੇਸ਼ਨਾਂ ਹੋਣਗੀਆਂ। ਬਹੁਤ ਬਹੁਤ ਸਟਰੋਂਗ ਵਾਈਬ੍ਰੇਸ਼ਨ ਸੀਗੀਆਂ। ਹਾਂ, ਅਸੀਂ ਤਾਂ ਕਈ ਵਾਰੀ ਮਹਿਸੂਸ ਹੋਇਆ ਕਿਉਂਕਿ ਅਸੀਂ ਕੈਮਰੇ ਲਾ ਕੇ ਕਦੀ ਪਿੱਛੇ ਆਉਂਦੇ ਸੀ, ਰਹਿ ਜਾਂਦੇ ਸੀ, ਫਿਰ ਅੱਗੇ ਜਾਂਦੇ ਸੀ। ਜਦੋਂ ਉਸ ਵਿਬਾਨ ਦੇ ਲਾਗੋਂ ਦੀ ਗੁਜ਼ਰਦੇ ਸੀ, ਇੰਨੀ ਪਾਵਰਫੁੱਲ ਉੱਥੇ ਸਮਾਂ ਬਣਦਾ ਸੀ ਕਿ ਮਹਿਸੂਸ ਹੁੰਦਾ ਸੀ ਸ਼ਾਇਦ ਗੁਰੂ ਕਲਗੀਧਰ ਪਾਤਸ਼ਾਹ ਆਪ ਹੀ ਇੱਥੇ ਮੇਰਾ ਵਰਸਾ ਰਹੇ ਨੇ ਕਿ ਮੇਰਾ ਸੇਵਾਦਾਰ ਜਿਹਨੇ ਸਾਰਾ ਜੀਵਨ ਮੇਰੀ ਸੇਵਾ ਦੇ ਵਿੱਚ ਲਾ ਦਿੱਤਾ, ਅੱਜ ਉਹ ਸੱਚਖੰਡ ਜਾ ਰਿਹਾ ਅਤੇ ਉਹਦੀ ਦੇਹੀ ਦੇ ਉੱਤੇ ਵੀ ਉਹ ਬਲੈਸਿੰਗ। ਬਹੁਤ ਸਟਰੋਂਗ ਵਾਈਬ੍ਰੇਸ਼ਨ ਉੱਥੇ ਮਹਿਸੂਸ ਕੀਤੀਆਂ ਗਈਆਂ ਜੀ ਅੱਜ, ਕਿਉਂਕਿ ਸਾਧੂ ਜਨਾਂ ਵਾਸਤੇ ਕੋਈ ਬਚਨ ਐਸੇ ਕਿਹੜਾ ਅੱਖਰ ਬੋਲੀਏ, ਬਾਣੀ ਥੋੜ੍ਹਾ ਜਿਹਾ ਫਿਰ ਚਾਨਣ ਪਾਉਂਦੀ ਹੈ, ਬਾਣੀ ਦਾ ਇਸਤੇਮਾਲ ਜੇ ਹੁੰਦਾ ਕੋਈ ਸ਼ਬਦ ਇਸ ਤਰ੍ਹਾਂ ਦਾ, ਹਰ ਸੱਜਣ ਸਵਾਮੀ ਮੋਰਾ ਉਹ ਕਦੇ ਨਾ ਬੋਲੇ ਕੌੜਾ ਕੌੜਾ, ਉਹ ਸੰਮਲ ਥੱਕੀ ਦੀ ਉਹ ਕਦੇ ਨਾ ਬੋਲੇ ਕੌੜਾ, ਅੱਜ ਔਗਣ ਕੋ ਨਾ ਚਿਤਾਰੇ, ਔਗਣ ਕੋ ਨਾ ਚਿਤਾਰੇ, ਇੱਕ ਤਿਲ ਨਹੀਂ ਪੰਨੇ ਕਾਲੇ। ਵਾਹਿਗੁਰੂ, ਉਹ ਕੋਈ ਉੱਥੋਂ ਉੱਪਰ ਟਰੱਕ ਦੇ ਉੱਤੇ 5 ਪੈਸੇ ਸੁੱਟ ਰਿਹਾ ਕਿ ਇਹ ਮੇਰੇ ਲੱਗ ਜਾਣ ਕਿਧਰੇ, ਅਤੇ ਲੇਕਿਨ ਉਹ ਤਿਲ ਵੀ ਜਿਹੜਾ ਤਿਲ ਫੁੱਲ ਵੀ ਜਿਹੜਾ ਕਬੂਲ ਹੈ। ਬਿਲਕੁਲ, ਇਹ ਸਾਧੂ ਜਣਾਂ ਦਾ ਪਿਆਰ ਹੁੰਦਾ ਹੈ, ਪਿਆਰ ਦਾ ਸਮੁੰਦਰ ਸੀ ਜਿੱਦਾਂ ਠਾਠਾ ਮਾਰਦਾ। ਇਸ ਤਰ੍ਹਾਂ ਕਈ ਵਾਰੀ ਲੱਗਦਾ ਸੀ ਕਿ ਐਡਾ ਕੰਮ, ਉਹ ਇਹ ਡਿਸਿਪਲਿਨ ਨਹੀਂ ਹੈ, ਇੱਦਾਂ ਵੀ ਮਹਿਸੂਸ ਹੋ ਜਾਂਦਾ ਹੈ ਕੋਈ ਲਾਈਨ 'ਚ, ਲੇਕਿਨ ਕੀ ਕੀਤਾ ਜਾਵੇ, ਐਸੀ ਭਾਵਨਾ ਐਸੀ ਉਹਨਾਂ ਦੀ ਬਿਰਥਾ ਅੰਦਰ ਬਣੀ ਹੋਈ ਹੈ। ਹਾਂ, ਤੀਰ ਲੱਗਈ ਆ, ਤੀਰ ਲੱਗਈ ਆ, ਸੁਣ ਮਨ ਗੁਰਬਚਨ ਮਨ ਤੀਰ ਲੱਗਈ, ਮਨ ਕੀ ਬਿਰਥਾ ਮਨ ਜਾਣੇ, ਔਰ ਕਿਆ ਜਾਣੇ ਪੀਰ ਪਰਈਆ। ਬਿਲਕੁਲ, ਅੱਜ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਬਚਨ ਸਾਂਝਾ ਕਰ ਰਹੇ ਸੀ ਕਿ ਜਦੋਂ ਬਾਬਾ ਜੀ ਨੇ ਸਰੀਰ ਤਿਆਗਿਆ ਅਤੇ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਬਹੁਤ ਸਾਰੀਆਂ ਮਾਈਆਂ ਬੀਬੀਆਂ ਉਹ ਵਿਰਾਹ ਕਰ ਰਹੀਆਂ ਸੀ ਵੀ ਅੱਜ ਅਸੀਂ ਯਤੀਮ ਹੋ ਗਏ, ਅੱਜ ਸਾਡੇ ਸਿਰ ਤੋਂ ਉਹ ਪਿਤਾ ਦਾ ਸਾਇਆ ਉੱਠ ਗਿਆ ਕਿ ਜਿਹੜਾ ਸਾਡਾ ਸਾਰਿਆਂ ਦਾ ਹੀ ਪਿਤਾ ਸੀ। ਵੇਖੋ, ਅਸੀਂ ਉਸ ਰੱਬ ਨੂੰ ਪਿਤਾ ਮੰਨਦੇ, ਪਰ ਰੱਬ ਨੇ ਵੀ ਆਪਣਾ ਅਗਾਂਹ ਅੱਗੋਂ ਐਸਾ ਸੇਵਾਦਾਰ ਭੇਜ ਦਿੱਤਾ ਕਿ ਜਿਹਨੂੰ ਸਾਰੇ ਹੀ ਆਪਣਾ ਪਿਤਾ ਮੰਨ ਰਹੇ ਸੀ। ਆਹ ਸਾਰਾ ਇਲਾਕਾ ਜਿੱਥੇ ਆਪਾਂ ਇਸ ਵਕਤ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਜੀ, ਇਹ ਮਸੀਹਾ ਮੰਨਦੇ ਹਨ ਜੀ ਜੀ ਜੀ। ਵਾਹ, ਇੱਥੇ ਹੀ ਪਾਤਸ਼ਾਹ ਨੇ ਬਚਨ ਕੀਤੇ ਸਨ, ਇਨ ਗਰੀਬ ਸਿੱਖੋਂ ਕੋ ਤੂੰ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ, ਇੱਥੇ ਪਾਤਸ਼ਾਹ ਨੇ ਬਚਨ ਕੀਤੇ ਸਿੱਖਾਂ ਦੇ। ਸੋ ਬਹੁਤ ਇਸ ਤਰ੍ਹਾਂ ਦਾ ਸੁਹਾਣਾ ਸਮਾਂ, ਵਿਰਾਗਮਈ ਵੀ ਹੈ, ਖੁਸ਼ੀ ਵੀ ਹੈ, ਕਿਉਂਕਿ ਸੂਰਜ ਕਿਰਨ ਮਿਲੀ ਜਲ ਕਾ ਜਲ ਜੇ ਸੰਪੂਰਨ ਗੱਲ ਹੋ ਗਈ ਤੇ ਫਿਰ ਖੁਸ਼ੀ ਹੈ ਨਾ। ਹੈ, 3 ਸਵਾਲ ਮਹਾਰਾਜ ਪੁੱਛਦੇ ਨੇ ਜਿਹੜੇ, ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ, ਤੇ ਜੇ ਉੱਥੇ ਜਾ ਕੇ ਸਮਾ ਗਿਆ ਤੇ ਖੇਰ ਪੂਰੀ ਹੋ ਗਈ, ਤੇ ਖੁਸ਼ੀਆਂ ਵੀ ਤਾਂ ਹੈ। ਪੂਰਾ ਤਿਸਦਾ ਜਾਣੀ ਜਿਸਦਾ ਤੋੜ ਦੇਵੇ, ਜਿਹਨਾਂ ਦਾ ਨਿਭ ਗਿਆ ਉਹਨੂੰ ਪੂਜਦੇ ਨੇ ਰਤਨ ਕਰੋੜ, ਜਿਹਨਾਂ ਦੀ ਸਾਈ ਨਾਲ ਨਿਭ ਗਈ। ਵੇਖੋ ਸੰਪੂਰਨਤਾ, ਅੱਜ ਜਿਹੜਾ ਇਹ ਹਜ਼ਾਰਾਂ ਸੰਗਤਾਂ ਦਾ ਇਕੱਠ ਸੀਗਾ,
ਜੋ ਸ਼ਰਧਾ ਭਾਵਨਾ ਉਹਨਾਂ ਦੇ ਪਿਆਰ ਜਿਹੜਾ ਝਲਕ ਰਿਹਾ ਸੀ, ਸੰਪੂਰਨਤਾ ਦੀ ਨਿਸ਼ਾਨੀ ਹੈ। ਪਾਤਸ਼ਾਹ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਨਾ, ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ, ਸੋਕਾ ਪੈ ਗਿਆ, ਹਾਏ ਹਾਏ ਹੋਣ ਲੱਗ ਗਈ, ਤੇ ਜੈ 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 ਸੁਰ ਲੋਕ। ਬਾਰਿਸ਼ ਵੀ ਇਸ ਤਰ੍ਹਾਂ ਆਈ, ਮੇਘੇ ਨੂੰ ਫਰਮਾਨ ਹੋਆ, ਵਰਸੋ ਕਿਰਪਾ ਤਾ, ਵਰਸੋ ਕਿਰਪਾ ਤਾ, ਸੱਚਮੁੱਚ ਕਿਰਪਾ ਵਾਲੀ ਬਾਰਿਸ਼ ਹੀ ਸੀਗੀ, ਜਿਹਦੇ ਵਿੱਚ ਹਰ ਕੋਈ ਭਿੱਜ ਕੇ ਵੀ ਐਵੇਂ ਮਹਿਸੂਸ ਕਰ ਰਿਹਾ ਸੀ। ਪਹਿਲੀ ਨਜ਼ਰੇ ਜਦੋਂ ਬਾਰਿਸ਼ ਸ਼ੁਰੂ ਹੋਣ ਲੱਗੀ, ਅਸੀਂ ਸੋਚਿਆ ਕਿ ਸ਼ਾਇਦ ਹੁਣ ਜਦੋਂ ਪਿੱਛੋਂ, ਕਿਉਂਕਿ ਅਸੀਂ ਥੋੜ੍ਹਾ ਅੱਗੇ ਚਲੇ ਗਏ ਸੀ, ਅਤੇ ਜਦੋਂ ਬਾਰਿਸ਼ ਸ਼ੁਰੂ ਹੋਈ ਅਸੀਂ ਫਿਰ ਵਾਪਸ ਪਿੱਛੇ ਆਏ ਕਿ ਦੇਖੀਏ ਕੀ ਕਿਵੇਂ ਚੱਲਦਾ ਪਿਆ, ਕਿ ਇੰਨੀ ਬਾਰਿਸ਼ ਆ ਗਈ, ਜਿਹੜੀਆਂ ਸੰਗਤਾਂ 'ਚ ਪੈਦਲ ਚੱਲ ਰਹੀਆਂ ਸੀ ਉਹ ਕੀ ਕਰ ਰਹੀਆਂ ਹੋਣਗੀਆਂ, ਕਿੱਥੇ ਰੁਕੀਆਂ ਹੋਣਗੀਆਂ। ਆਣ ਕੇ ਦੇਖਿਆ ਅਤੇ ਉਹ ਮੇਘੇ ਨੂੰ ਫਰਮਾਣੋ ਵਰਸੋ ਕਿਰਪਾ ਤੋਂ, ਉਸ 'ਚ ਕਿਰਪਾ ਦੇ ਵਿੱਚ ਚੱਲੀ ਜਾ ਰਹੇ ਨੇ, ਕੋਈ ਅੱਗੇ ਅੱਗੇ ਚੱਲ ਰਿਹਾ, ਕੋਈ ਪਿੱਛੇ ਪਿੱਛੇ। ਹੈਰਾਨੀ ਤਾਂ ਭਾਈ ਸਾਹਿਬ ਇਸ ਗੱਲ ਦੀ ਹੋ ਗਈ ਕਿ ਜਿਹੜੇ ਮੋਟਰਸਾਈਕਲਾਂ ਸਕੂਟਰਾਂ 'ਤੇ ਸੀਗੇ ਉਹ ਵੀ ਅੱਗੇ ਨਹੀਂ ਜਾ ਰਹੇ, ਉਹ ਵੀ ਨਾਲ ਨਾਲ ਹੀ ਚੱਲ ਰਹੇ ਪਏ ਆ। ਉਹਨਾਂ ਨੂੰ ਵੀ ਇਹ ਕਾਹਲੀ ਨਹੀਂ ਕਿ ਅਸੀਂ ਫਲਾਣੀ ਜਗ੍ਹਾ 'ਤੇ ਜਾ ਕੇ ਇੱਥੇ ਛਾਂ ਦੇ ਥੱਲੇ ਰੁਕ ਜਾਈਏ ਜਾਂ ਅਸੀਂ ਆਪਣੇ ਆਪ ਨੂੰ ਸੇਵ ਕਰੀਏ, ਬਾਰਿਸ਼ ਹੋ ਰਹੀ ਹੈ, ਪਰ ਉਹ ਇੱਕ ਵੱਖਰਾ ਹੀ ਰੰਗ ਹੈ ਉਹ ਸਤਿਕਾਰ ਵਜੋਂ ਨਾ, ਕਿ ਇਹ ਗੱਡੀ ਤੋਂ ਅੱਗੇ ਨਾ ਹੋਈਏ, ਸਤਿਕਾਰ ਕੇ ਪਿੱਛੇ ਰਹਿਣਾ। ਜੀ ਜੀ, ਅਸੀਂ ਦੇਖਦੇ ਸਾਂ ਚਿੱਕੜ ਹੈ, ਪਾਣੀ ਹੈ, ਬੁਰਾ ਹਾਲ ਹੈ, ਲੇਕਿਨ ਤੁਰੇ ਜਾ ਰਹੇ ਨੇ ਪਿਆਰ ਨਾਲ, ਔਰ ਗੱਡੀ ਤੋਂ ਅੱਗੇ ਨਹੀਂ ਜਾਣ ਦੀ ਕੋਸ਼ਿਸ਼ ਕਰਦੇ ਕਿ ਪਿੱਛੇ ਰਹੀਏ, ਪਿੱਛੇ ਰਹੀਏ, ਸਤਿਕਾਰ ਹੈ। ਅਸੀਂ ਗੁਰਪ੍ਰੀਤ ਸਿੰਘ ਜੀ ਕੱਲ੍ਹ ਜਦੋਂ ਆਏ ਚੰਡੀਗੜ੍ਹ ਤੋਂ ਕਾਰ 'ਚ ਆ ਰਹੇ ਸੀਗੇ, ਅਤੇ ਬਿਲਕੁਲ ਇੱਥੇ ਨੇੜੇ ਆ ਕੇ ਨਾ ਬੱਦਲਵਾਈ ਅਸੀਂ ਦੇਖੀ, ਅਤੇ ਅਸੀਂ ਸੇਵਾਦਾਰਾਂ ਨੂੰ ਕਿਹਾ ਸੀਗਾ, ਉਹ ਦੇਖੋ ਬੱਦਲ ਦੇਖੋ, ਇਕਦਮ ਹੀ ਬੱਦਲ ਆ ਗਏ, ਅਤੇ ਫਿਰ ਅੱਗੇ ਥੋੜ੍ਹਾ ਜਿਹਾ ਆਏ ਅਤੇ ਨਾ ਕਣੀਆਂ ਪੈਣੀਆਂ ਸ਼ੁਰੂ ਹੋਈਆਂ। ਉਹ ਕਣੀਆਂ ਕੋਈ 5-7 ਮਿੰਟ ਪਈਆਂ। ਅੱਛਾ, ਬਾਬਾ ਜੀ ਉੱਥੇ ਕੀਰਤਪੁਰ ਆਏ, ਆਪਣੇ ਆਏ ਸੀਗੇ ਜਦੋਂ ਤਲਵੰਡੀ, ਤਲਵੰਡੀ ਸੁਲਤਾਨਪੁਰ ਸੁਲਤਾਨਪੁਰ ਲੋਧੀ, ਅਤੇ ਉੱਥੇ ਨਾ ਬੜੇ ਵਜਦ ਵਿੱਚ ਗਾਉਂਦੇ ਸੀ ਨਾ, ਆਓ ਜੀ ਆਓ ਜੀ ਜੀ ਆਇਆਂ ਨੂੰ, ਆਓ ਜੀ ਜੀ ਆਇਆਂ ਨੂੰ। ਸਾਨੂੰ ਉਹ ਬਾਰਿਸ਼ ਪੈਂਦੀ ਇੱਦਾਂ ਲੱਗੇ ਜਿੱਦਾਂ ਬਾਬਾ ਜੀ ਕਹਿ ਰਹੇ ਨੇ, ਆਓ ਜੀ ਜੀ ਆਇਆਂ ਨੂੰ, ਆਓ ਜੀ। 10 ਮਿੰਟ ਬਾਅਦ ਬਾਰਿਸ਼ ਖਤਮ। ਸੋ ਕੋਈ ਮਾਹੌਲ ਇਸ ਤਰ੍ਹਾਂ ਦਾ ਬਣਿਆ। ਅਤੇ ਹੁਣ ਇੰਦਰਜੀਤ ਅਸੀਂ ਦੇਖਿਆ ਉੱਥੇ ਅੰਗੀਠੇ ਦੇ ਕੋਲੋਂ ਆਏ ਨੇ, ਹੁਣ ਉਦੋਂ ਦੇ ਉੱਥੇ ਹੀ ਹੋਣੇ ਆ। ਜੀ ਜੀ। ਲੇਕਿਨ ਇੱਥੋਂ ਫਿਰ ਸਾਧੂ ਤੋਂ ਆਪਾਂ ਗੱਲ ਕਰਦੇ ਸਾਂ, ਸ਼ੁਰੂ ਕੀਤੀ ਕਿ ਸਾਨੂੰ ਪ੍ਰਚਾਰ ਕਦੇ ਇੱਦਾਂ ਦਾ ਨਹੀਂ ਕਰਨਾ ਚਾਹੀਦਾ ਕਿ ਦੁਨੀਆ 'ਚ ਕੋਈ ਸਾਧੂ ਨਹੀਂ। ਜਦੋਂ ਸਾਧੂ ਹੈ ਨਾ ਜਿਹੜਾ, ਉਹ ਤੁਹਾਡਾ ਮਨ ਸਿਰ ਤੁਹਾਡਾ ਆਪੇ ਨਿਭ ਜਾਣਾ ਉੱਥੇ, ਆਪੇ ਨਿਭ ਜਾਣਾ। ਸੋ ਇਹ ਕਦੇ ਨਾ ਕਿਹਾ ਕਰੋ ਕਿ ਬਈ ਕੋਈ ਸਾਧੂ ਦੁਨੀਆ 'ਚ ਨਹੀਂ ਹੈ। ਰਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਰੇ ਅਲੱਗ ਅਲੱਗ ਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਪ੍ਰਗਟ ਕੀਤੇ। ਰਾਮ ਜੀ ਅਲੱਗ ਨੇ, ਸਾਧੂ ਅਲੱਗ ਨੇ, ਗੁਰੂ ਅਲੱਗ ਨੇ, ਗੋਬਿੰਦ ਅਲੱਗ ਨੇ, ਇਹ ਸਾਰੇ ਸਭ ਦਾ ਆਪਣਾ ਆਪਣਾ ਰੁਤਬਾ ਹੈ। ਆਪ ਜੀ ਦਾ ਵੀ ਮੈਂ ਦੇਖ ਰਿਹਾ ਸੀ ਕਿ ਅੰਮ੍ਰਿਤ ਵੇਲੇ ਤੋਂ ਹੀ ਇਸ਼ਨਾਨ ਤੋਂ ਲੈ ਕਰਕੇ ਆਖਰੀ ਜਦੋਂ ਸੰਸਕਾਰ ਹੋਇਆ, ਅਤੇ ਇੱਕ ਖਿੱਚ ਮੈਨੂੰ ਲੱਗਦਾ ਕਿ ਕੋਈ ਵੱਖਰੀ ਹੀ ਖਿੱਚ ਹੈ ਆਪ ਜੀ ਦੇ ਜੀਵਨ ਦੇ ਵਿੱਚ ਵੀ। ਜਦੋਂ ਕਾਰ ਸੇਵਾ ਦੀ ਗੱਲ ਕਰੀਏ, ਚਾਹੇ 1977 ਦੀ ਜਾਂ 73 ਦੀ ਗੱਲ ਜਿਹੜੀ ਆਪ ਜੀ ਦੱਸ ਦਿਓ, ਕਿ ਜਦੋਂ ਪਹਿਲੀ ਵਾਰੀ ਆਪ ਜੀ ਬਾਬਾ ਸੇਵਾ ਸਿੰਘ ਜੀ ਦੇ ਨਾਲ ਆਏ ਸੀ। ਜਿਹੜੀ ਗੱਲ ਇੱਕ ਪਾਤਸ਼ਾਹ ਫਰਮਾਉਂਦੇ ਹਨ, ਜਿਸ ਪਿਆਰੇ ਸੇ ਨੇ ਹੋ ਤਿਸ ਆਗੇ ਮਰ ਚਲੀਏ, ਇਸ ਤਰ੍ਹਾਂ ਦਾ ਵੀ ਪਿਆਰ ਹੈ ਦੁਨੀਆ 'ਚ। ਹਾਂ, ਮਹਿਸੂਸ ਆਦਮੀ ਕਰਦਾ ਹੈ। ਸੋ ਬਾਬਾ ਜੀ ਦੇ 1977 'ਚ ਦਰਸ਼ਨ ਕੀਤੇ ਸੀ ਪਹਿਲੀ ਵਾਰੀ, ਅਤੇ ਜਿਸ ਤਰ੍ਹਾਂ ਪੁਰਾਣੇ ਸੰਬੰਧ ਹੁੰਦੇ ਨੇ ਕੋਈ ਜਨਮਾਂ ਦੇ, ਇਸ ਤਰ੍ਹਾਂ ਦਾ ਕੋਈ ਸੰਬੰਧ ਹੈ ਤਾਂ ਪਹਿਲੀ ਵਾਰੀ ਮਿਲੀਏ ਅਤੇ ਪਹਿਲੀ ਵਾਰੀ ਇਸ ਤਰ੍ਹਾਂ ਹੋ ਜਾਵੇ ਕੋਈ ਗੱਲ, ਇਹ ਆਦਮੀ ਨਹੀਂ ਜਾਣ ਸਕਦਾ ਕਿ ਕਿੱਥੋਂ ਇਹ ਤੁਰੀ ਹੈ ਗੱਲ। ਲੇਕਿਨ ਉਹਨਾਂ ਨੇ ਹਮੇਸ਼ਾ ਜਦੋਂ ਵੀ ਮੌਕਾ ਮਿਲਿਆ ਹੈ ਸਾਨੂੰ ਇਹੀ ਕਿਹਾ
ਭਾਈ ਸਾਹਿਬ ਜੀ, ਦਇਆ ਤੋਂ ਬਗੈਰ ਨਹੀਂ ਗੁਜ਼ਾਰਾ। ਦਇਆ ਜਿਹੜੀ ਹੈ ਤਾਂ ਉਸ ਧਰਮ ਦਇਆ ਕਾਬੂ ਅਤੇ ਰੁੱਖਾ ਬੋਲਣਾ ਚੰਗਾ ਨਹੀਂ। ਮਿਥੁਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾਂ ਅਤੇ ਸੇਵਾਵਾਂ ਪਿਆਰ ਵਾਲੀ ਵੀ ਸੇਵਾ ਆਪ ਉਹਨਾਂ ਨੇ ਸਾਨੂੰ ਕਹਿ ਕੇ ਕਿ ਭਾਈ ਕਨ੍ਹੱਈਆ ਜੀ ਦਾ ਕੋਈ ਅਸਥਾਨ ਨਹੀਂ ਹੈ ਅਤੇ ਕਿਉਂਕਿ ਬਾਬਾ ਸੇਵਾ ਸਿੰਘ ਨੇ ਕੁਛ ਬਚਨ ਕੀਤੇ ਸਨ ਇਸ ਬਾਰੇ। ਹਾਂਜੀ, ਉਹ ਫਿਰ ਉਹਨਾਂ ਨੇ ਕਰ ਕਰਾ ਕੇ ਜਗ੍ਹਾ ਲਈ ਅਤੇ ਸਾਨੂੰ ਕਹਿਣ ਲੱਗੇ ਭਾਈ ਸਾਹਿਬ ਇਹ ਤੁਸੀਂ ਜਗ੍ਹਾ ਬਣਾਉਣੀ ਹੈ। ਫਿਰ ਆਪਾਂ ਭਾਈ ਕਨ੍ਹੱਈਆ ਜੀ ਦਾ ਜਿਹੜਾ ਸਥਾਨ ਹੈ ਤਾਰਾਗੜ੍ਹ ਜਿੱਥੇ ਕਿਲ੍ਹਾ ਹੈ ਉਹਦੇ ਥੱਲੇ ਹੈ ਜੀ, ਪੁਰਾਤਨ ਉਹਨਾਂ ਦੇ ਬੌਲੀਆਂ ਉੱਥੇ ਬੌਲੀਆਂ ਨੇ ਜੀ। ਉਹ ਫਿਰ ਪਿਆਰ ਨਾਲ ਜਦੋਂ ਅਸੀਂ ਇੱਥੇ ਆਉਂਦੇ ਹੁੰਦੇ ਹਾਂ ਹੋਲੇ ਮਹੱਲੇ ਤੇ ਨਿਸ਼ਾਨ ਸਾਹਿਬ ਇੱਥੇ ਵੀ ਬਦਲਦੇ ਹਾਂ ਅਤੇ ਉੱਥੇ ਵੀ ਬਾਬਾ ਜੀ ਨਾਲ ਜਾਇਆ ਕਰਦੇ ਨੇ। ਹਰ ਵਾਰੀ ਨਾਲ ਜਾ ਕੇ ਉੱਥੇ ਸ਼ਬਦ ਕੀਰਤਨ ਹੋਣਾ ਅਤੇ ਚੋਲਾ ਬਦਲਿਆ ਜਾਣਾ, ਹਾਂ ਬੜਾ ਪਿਆਰ ਸੀ ਉਹਨਾਂ ਨੂੰ ਉਸ ਸਥਾਨ ਦਾ ਵੀ, ਔਰ ਹੈ ਵੀ ਬੜਾ ਰਮਨੀਕ ਜਗ੍ਹਾ ਤੇ ਹੈ ਉਹ ਬਿਲਕੁਲ, ਜਿੱਥੇ ਭੰਗਾਨੀ ਦਾ ਯੁੱਧ ਹੋਇਆ, ਭੰਗਾਨੀ ਦਾ ਕਹਿੰਦੇ ਇਹ ਤਾਰਾਗੜ੍ਹ ਦਾ ਯੁੱਧ ਹੋਇਆ ਜਿੱਥੇ ਕਨ੍ਹੱਈਆ ਜੀ ਨੇ ਜਲ ਛਕਾਇਆ ਔਰ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ। ਕਿੰਨੀਆਂ ਬਖਸ਼ਾਂ ਕੀਤੀਆਂ ਕਿ ਇਹ ਜਲ ਤਾਂ ਛਕਾਉਂਦੇ ਹੋ, ਮੱਲਮ ਪੱਟੀ ਵੀ ਲੈ ਲਓ, ਇਹ ਵੀ ਕਰਿਆ ਕਰੋ, ਕਿਉਂਕਿ ਬਿਸਰ ਗਈ ਸਭ ਤਾਤ ਪੁਰਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਇਹ ਸੁਮਤ ਸਾਧੂ ਤੇ ਪਾਈ। ਸਾਧੂ ਦੀ ਗਾਥਾ ਹੈ, ਆਪ ਜੀ ਜਿਸ ਸਥਾਨ ਦੀ ਗੱਲ ਕਰਦੇ ਪਏ ਇਤਿਹਾਸਕ ਬਿਆਨ ਕਰਦਾ ਕਿ ਦਸਮ ਪਾਤਸ਼ਾਹ ਆਪ ਜਾ ਕੇ ਉੱਥੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ, ਕਿਲ੍ਹਾ ਤਾਰਾਗੜ੍ਹ ਵਿੱਚ ਉੱਥੇ ਸਾਧੂ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਾਧੂਆਂ ਨੂੰ ਛਕਾਇਆ ਸੀ। ਅੱਜ ਅਸੀਂ ਕਹਿ ਦਿੰਦੇ ਕਿ ਸਾਧੂ ਇਵੇਂ ਜੇ ਸਾਧੂ, ਠੀਕ ਹੈ ਓਰਿਜਨਲ ਹੁੰਦਾ, ਡੁਪਲੀਕੇਸੀ ਆ ਜਾਂਦੀ ਹੈ ਮਾਰਕੀਟ ਦੇ ਵਿੱਚ, ਪਰ ਆਪਾਂ ਇਹ ਨਹੀਂ ਕਹਿ ਸਕਦੇ ਓਰਿਜਨੈਲਿਟੀ ਖਤਮ ਹੋ ਗਈ। ਓਰਿਜਨੈਲਿਟੀ ਤਾਂ ਰਹਿਣੀ ਆ, ਸਾਧੂ ਜਿਹੜਾ ਉਹ ਰੱਬ ਦੀ ਹੋਂਦ ਦਾ, ਉਹਦੀ ਰਹਿਮਤ ਦਾ ਪ੍ਰਤੀਕ ਹੁੰਦਾ ਅਤੇ ਉਹ ਸਦਾ ਹੀ ਰਹਿਮਤ ਰਹਿਣੀ ਹੈ, ਕਿਉਂਕਿ ਹੋਮੇ ਦੇ ਆਪਾਂ ਸ਼ਿਕਾਰ ਹੈ ਨਾ, ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਂ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸਾਧੂ ਤਾਂ ਛੱਡੋ, ਗੁਰੂ ਮਹਾਰਾਜ ਦੇ ਸਮੇਂ 'ਤੇ ਗੁਰੂ ਬਣ ਕੇ ਵੀ ਬੈਠੇ ਲੋਕ, ਹਜੇ ਉਹਨਾਂ ਨੇ ਕੁਛ ਕਿਹਾ ਨਹੀਂ, ਉਹਨਾਂ ਨੇ ਨਹੀਂ ਕਿਹਾ ਤੁਸੀਂ ਕਿਉਂ ਇੱਥੇ ਬੈਠੇ ਹੋ, ਅਤੇ ਜਦੋਂ ਪ੍ਰਗਟ ਵੀ ਹੋ ਗਏ ਗੁਰੂ ਲੱਧ ਹੋ ਰਹੇ ਉਹਨਾਂ ਨੇ ਕੁਛ ਕਿਹਾ ਨਹੀਂ। ਇਹੋ ਜਿਹੀ ਸਹਿਣ ਸ਼ਕਤੀ, ਇਹੋ ਜਿਹਾ ਦਇਆ ਵਾਲਾ ਕੰਮ, ਕਿਉਂਕਿ ਫਰੀਦਾ ਬੁਰੇ ਦਾ ਭਲਾ ਕਰ, ਜੇ ਕੀਤਾ ਕਿਸੇ ਨੇ ਬੁਰਾ ਕੋਈ ਨਹੀਂ, ਤੂੰ ਨਾ ਇਸ ਤਰ੍ਹਾਂ ਕਰ, ਟਿਟ ਫੋਰ ਟੈਟ ਨਾ ਕਰ, ਅੰਗਰੇਜ਼ੀ ਦਾ ਜਿਹੜਾ ਹੈ, ਤੂੰ ਭਲਾ ਕਰ, ਕਿਸੇ ਦਾ ਫਾਇਦਾ ਕਰ, ਅਰਦਾਸ ਕਰ ਉਹਦੇ ਵਾਸਤੇ। ਫਰੀਦਾ ਜੈ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ, ਆਪਣੇ ਕਰ ਜਾ ਪੈਰ ਤਿੰਨਾਂ ਦੇ ਚੁੰਮ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਸਭ ਕੁਛ ਪੱਲੇ ਪਾਏ। ਸੋ ਇਹ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਇਹ ਸਿਖਾਇਆ, ਇਹ ਕਦੋਂ ਅਸੀਂ ਵਰਤਣਾ, ਐਤਕੀ 550 ਸਾਲਾਂ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ, ਹੈ ਨਾ, ਕਿੱਡਾ ਇਹ ਖਾਸ ਸਾਲ ਹੈ, ਅਤੇ ਇਹ ਬਾਬਾ ਜੀ ਵੀ ਤਿਆਰੀ ਕਰਕੇ ਚਲੇ ਗਏ ਨੇ, ਹਾਂਜੀ, ਲੇਕਿਨ ਅਸੀਂ ਇਹ ਦੇਖਦੇ ਹੁੰਦੇ ਹਾਂ ਕਿ ਇੱਕ ਮਾਈਲ ਸਟੋਨ ਹੁੰਦਾ ਹੈ ਜੀ, ਮਾਈਲ ਸਟੋਨ 'ਤੇ ਜਾ ਕੇ ਥੋੜ੍ਹੀ ਜਿਹੀ ਸਟੋਕ ਟੇਕਿੰਗ ਕਰਨੀ ਚਾਹੀਦੀ ਹੈ ਕਿ ਅਸੀਂ ਪਾਤਸ਼ਾਹ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਕਿੰਨਾ ਕੁ ਕਮਾਉਂਦੇ ਹਾਂ, ਹੈ ਚਲੋ ਨਹੀਂ ਕਮਾਇਆ ਕੋਈ ਨਹੀਂ, ਜੋ ਵੀ ਹੈ ਉਹ ਸਦਬਖਸ਼ੰਦ ਸਦਾ ਮਿਹਰਬਾਨਾ ਹੈ, ਹੁਣ ਸ਼ੁਰੂ ਕਰ ਦਈਏ, ਹੈ ਕੁਛ ਕਰੀਏ ਤਾਂ ਸਹੀ ਜੀ, ਹੈ ਸਾਧੂਆਂ ਦੀ ਵੀ ਇੱਜ਼ਤ ਕਰੀਏ, ਹਾਂਜੀ, ਕਿੰਨਾ ਕੁਛ ਇਹ ਸਟੋਕ ਟੇਕਿੰਗ ਕਰਕੇ ਨਾ, ਅਤੇ ਫਿਰ ਅੱਗੇ ਵਿਜ਼ਨ ਕਰਕੇ, ਵਿਜ਼ਨਰੀ ਹੋਣਾ ਚਾਹੀਦਾ, 100 ਸਾਲ ਅੱਗੇ ਕਿੱਦਾਂ ਹੋਵੇ, ਹੈ ਕਿਸ ਤਰ੍ਹਾਂ ਪੜ੍ਹਾਈ ਹੋਵੇ। ਮਹਾਰਾਜ ਨੇ ਇਹ ਖਾਸ ਗੱਲ ਕੀਤੀ ਬਚਪਨ ਵਿੱਚ ਜੀ ਕਿ ਤੁਹਾਨੂੰ ਸੈਕੂਲਰ ਜਿਹੜੀ ਆਮ ਪੜ੍ਹਾਈ ਹੈ ਉਹਦੇ ਨਾਲ ਨਾਲ ਆਤਮਕ ਪੜ੍ਹਾਈ ਬੜੀ ਜ਼ਰੂਰੀ ਹੈ, ਭਾਵੇਂ ਤੁਸੀਂ ਵਲੈਤ ਬੈਠੇ ਹੋ, ਭਾਵੇਂ ਅਮਰੀਕਾ ਬੈਠੇ ਹੋ, ਦੋਨੋਂ ਕਰਨੀਆਂ, ਹਾਂਜੀ, ਉਹ ਜੇ ਡਿਗਰੀਆਂ ਕਰਦੇ ਹੋ ਅਤੇ ਜੇ ਤੁਹਾਡੇ ਕੋਲ ਆਤਮਕ ਗਿਆਨ ਨਹੀਂ ਨਾ ਹੈ, ਉਹ ਪਾਤਸ਼ਾਹ ਕਹਿੰਦੇ ਇਹਦਾ ਫਾਇਦਾ ਨਹੀਂ ਹੋਣਾ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਬੜੇ ਸੁਣੇ, ਕਿਆ ਹੋਈ ਜਾਂ ਸਹਿਜ ਨਾ ਮਿਲੇ ਉਹ ਸੋਈ, ਜੇ ਉਹਦੀ ਸਮਝ ਨਹੀਂ ਨਾ ਲੱਗੀ ਫਿਰ ਸਮਝੋ ਬੁਰਾ ਹਾਲ ਹੈ, ਬਿਲਕੁਲ,
ਔਰ ਇਹ ਜੇ ਅੰਗਰੇਜ਼ੀ 'ਚ ਕਹੀਏ ਸ਼ੋਰਟ ਬੜਾ ਬਰੀਫ ਵਿੱਚ ਕਿ ਪ੍ਰੋਬਲਮ ਦੁਨੀਆਂ ਦੇ ਸਾਰੇ ਇਹ ਨੇ ਕਿ ਜਦੋਂ ਅਸੀਂ ਡਿਸਕੁਨੈਕਟ ਹੋ ਜਾਂਦੇ ਹਾਂ ਮਾਲਕ ਨਾਲ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ, ਆਖਾਂ ਜੀਵਾਂ ਵਿਸਰੇ ਮਰ ਜਾਂ, ਮਰ ਜਾਣ ਵਾਲੀ ਗੱਲ ਹੈ ਉਹਨੂੰ ਡਿਸਕੁਨੈਕਟ ਹੋਣ ਨਾਲ। ਅਤੇ ਉਹ ਜਦੋਂ ਡਿਸਕੁਨੈਕਟ ਅਸੀਂ ਮਾਲਕ ਨਾਲ ਹੋ ਗਏ, ਕਰਤੇ ਧਰਤੇ ਨਾਲ ਹੋ ਗਏ, ਅਤੇ ਫਿਰ ਸਾਰਿਆਂ ਨਾਲ ਡਿਸਕੁਨੈਕਟ ਹੋ ਜਾਂਦੇ, ਸਾਨੂੰ ਫਿਰ ਕੋਈ ਚੰਗਾ ਨਹੀਂ ਲੱਗਦਾ, ਕਿਉਂਕਿ ਉਹਦੀ ਬਣਾਈ ਹੈ ਨਾ ਸਾਰੀ ਇਹ ਸ੍ਰਿਸ਼ਟੀ। ਫਿਰ ਸਾਨੂੰ ਸ੍ਰਿਸ਼ਟੀ ਨਹੀਂ ਚੰਗੀ ਲੱਗਦੀ, ਸਾਨੂੰ ਭੈਣ ਭਰਾ ਹੀ ਨਹੀਂ ਚੰਗੇ ਲੱਗਦੇ। ਉਹਦੇ ਨਾਲ ਜਦੋਂ ਜੁੜੇ ਅਤੇ ਜਿਹੜੇ ਭੈਣ ਭਰਾ ਵੀ ਨਹੀਂ, ਦੂਜੇ ਬੇਗਾਨੇ ਵੀ ਚੰਗੇ ਲੱਗਣ ਲੱਗ ਜਾਂਦੇ। ਸੋ ਡਿਸਕੁਨੈਕਟ ਹੋ ਗਿਆ। ਸੋ ਡਿਸਕੁਨੈਕਟ ਨੂੰ ਅਸੀਂ ਕੁਨੈਕਟ ਕਰੀਏ, ਹੈ ਸਾਡੇ 500 ਸਾਲ ਆਇਆ ਹੈ। ਅਤੇ ਗੁਰੂ ਦੀ ਸੇਵਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ, ਇਸ ਤਰ੍ਹਾਂ ਬਾਬਾ ਜੀ ਨੇ, ਬਾਬਾ ਲਾਭ ਸਿੰਘ ਜੀ ਨੇ ਇਸ ਤਰ੍ਹਾਂ ਕਰਕੇ ਦਿਖਾਇਆ ਹੈ। ਬਿਲਕੁਲ ਬਾਬਾ ਜੀ, ਅੱਜ ਭਾਈ ਸਾਹਿਬ ਜੀ ਕਾਫੀ ਸੰਗਤਾਂ ਨੂੰ ਮਿਲੇ ਹਾਂ। ਅੱਜ ਸੰਗਤਾਂ ਨੇ ਜਿਹੜੀਆਂ ਵਿਚਾਰਾਂ ਦੱਸੀਆਂ ਕਿ ਜਿੱਦਾਂ ਰੱਬ ਦਾ ਸੁਭਾਅ ਹੈ, ਜਿਹਦੇ ਆਪ ਜੀ ਨੇ ਗੁਰਬਾਣੀ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਕਿ ਔਗੁਣ ਕੋ ਨਾ ਚਿਤਾ, ਬਾਬਾ ਜੀ ਦੇ ਸਾਹਮਣੇ ਵੀ ਕਿਸੇ ਨੇ ਆ ਕੇ ਔਗੁਣ ਵੀ ਖੋਲ੍ਹ ਦੇਣੇ, ਸਿੱਧ ਵੀ ਕਰ ਦੇਣੇ ਕਿ ਹਾਂ ਆਹ ਵੇਖੋ ਜੀ, ਆਹ ਪਰੂਫ ਹੈ ਕਿ ਇਸ ਬੰਦੇ ਨੇ ਆਹ ਗਲਤੀ ਕੀਤੀ। ਅਤੇ ਬਾਬਾ ਜੀ ਨੇ ਫਿਰ ਦੇਖ ਕੇ ਇੰਡਿਕਟ ਕੀਤਾ, ਕੋਈ ਨਹੀਂ। ਸੋ ਐਸਾ ਸੁਭਾਅ, ਐਸੀ ਸਹਿਣਸ਼ੀਲਤਾ। ਵੇਖੋ ਇੱਕ ਬੜੀ ਵੱਡੀ ਗੱਲ ਭਾਈ ਸਾਹਿਬ ਜੀ ਜਿਹੜੀ ਮੈਨੂੰ ਮਹਿਸੂਸ ਹੋਈ, ਕਿਉਂਕਿ ਕਾਫੀ ਲੰਬੇ ਅਰਸੇ ਤੋਂ ਸਿੱਖ ਜਗਤ ਦੇ ਨਾਲ ਸੇਵਾ ਕਰਨ ਦਾ ਇਹ ਜੋ ਸੁਭਾਗ ਲਗਭਗ ਰੋਜ਼ਾਨਾ ਟੀ ਵੀ ਦੇ ਉੱਤੇ ਵਿਚਾਰਾਂ ਕਰਨੀਆਂ ਜਾਂ ਸਿੱਖੀ ਦੀ ਭਾਵਨਾ ਨੂੰ ਦੁਨੀਆਂ ਤੱਕ ਲੈ ਕੇ ਜਾਣਾ, ਜਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਾਬਾ ਜੀ ਨੇ ਮੰਦਰ ਵੀ ਬਣਵਾਏ ਨੇ, ਬਾਬਾ ਜੀ ਨੇ ਮਸੀਤਾਂ ਵੀ ਬਣਵਾਈਆਂ ਨੇ, ਬਾਬਾ ਜੀ ਨੇ ਗਊਸ਼ਾਲਾ ਵੀ ਤਿਆਰ ਕਰਵਾਈਆਂ, ਬਾਬਾ ਜੀ ਨੇ ਪੁਲ ਵੀ ਬਣਵਾਏ, ਬਾਬਾ ਜੀ ਨੇ ਸਰਕਾਰੀ ਸਕੂਲ ਬਣਾਏ ਨੇ, ਕਰੀਬ 38 ਸਕੂਲ ਤਿਆਰ ਕਰਕੇ ਇਸ ਇਲਾਕੇ ਨੂੰ। ਅਤੇ ਇਹ ਤਾਂ ਰੱਬ ਦਾ ਸੁਭਾਅ ਆ, ਉਹਦੀ ਵੀ ਕਰੈਕਟਰਿਸਟਿਕ ਬੇਅੰਤ ਹੈ ਨਾ ਜੀ। ਉਹ ਸਾਧੂ ਵੀ ਫਿਰ ਬੇਅੰਤ ਹੈ, ਗੁਰੂ ਵੀ ਬੇਅੰਤ ਹੈ, ਕਿਉਂਕਿ ਉਹਦੇ ਨਾਲ ਜਿਹੜਾ ਲੱਗ ਗਿਆ ਉਹ ਬੇਅੰਤ ਹੋ ਜਾਂਦਾ ਹੈ। ਅੱਜ ਹੀ ਸਾਨੂੰ ਬਚਨ ਕੋਈ ਸੁਣਾ ਰਹੇ ਸਨ ਬੜੇ ਪਿਆਰ ਵਾਲੇ, ਕਹਿੰਦੇ ਕਿਸੇ ਨੇ ਬਾਬਾ ਜੀ ਨੂੰ ਸਵਾਲ ਪੁੱਛਿਆ ਅਤੇ ਕੇਸਾ ਧਾਰੀ ਨਹੀਂ ਸੀ, ਬਾਬਾ ਜੀ ਬ੍ਰਹਮ ਗਿਆਨੀ ਕੋਈ ਦੁਨੀਆਂ 'ਚ ਹੈ? ਵਾਹਿਗੁਰੂ। ਅਤੇ ਬਚਨ ਥੋੜ੍ਹੇ ਜਿਹੇ ਸ਼ੋਰਟ ਜਿਹੇ ਕਰੀਏ ਜੀ। ਉਹ ਕਹਿਣ ਲੱਗੇ ਭਾਈ ਤੇਰੇ ਅਜੇ ਨੇਤਰ ਨਹੀਂ ਇਹ ਸਮਝਣ ਨੂੰ, ਇਹ ਦੇਖਣ ਨੂੰ, ਸਮਾਂ ਪੈ ਗਿਆ। ਸਮੇਂ ਤੋਂ ਬਾਅਦ ਉਹ ਫਿਰ ਜਿਹੜਾ ਕੇਸਾ ਧਾਰੀ ਨਹੀਂ ਸੀ ਉਹਨੇ ਅੰਮ੍ਰਿਤ ਛਕ ਲਿਆ। ਅੱਛਾ ਜੀ। ਅੰਮ੍ਰਿਤ ਛਕ ਕੇ ਫਿਰ ਬਾਬਾ ਜੀ ਕੋਲ ਆਇਆ ਅਤੇ ਬਾਬਾ ਜੀ ਕਹਿੰਦੇ ਉੱਥੇ ਮਹਾਰਾਜ ਦੇ ਉੱਪਰ ਚਲਾ ਜਾ, ਉੱਥੇ ਨਮਸਕਾਰ ਕਰ, ਤੈਨੂੰ ਲੱਗ ਜਾਊ ਪਤਾ। ਉਹ ਕਹਿੰਦੇ ਉਸ ਸ਼ਖਸ ਹੁਣ ਘਰੋਂ ਨਿਕਲਦਾ ਹੀ ਨਹੀਂ, ਪਹਿਲਾਂ ਤਾਂ ਸਿੱਖੀ ਵਾਲੀ ਨਹੀਂ ਸੀ ਅਤੇ ਹੁਣ ਉਹ ਮਿਲ ਕੇ ਰਾਜੀ ਨਹੀਂ ਕਿਸੇ ਨੂੰ, ਬਸ ਭਗਤੀ ਕਰਨ ਲੱਗ ਗਿਆ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਗਿਰ ਪੜਿਆ ਕਰਾ ਕਲੇਜੇ ਸ਼ੇਕ। ਇਹ ਸ਼ੇਕ, ਇਹ ਧਰਤੀ ਜਿੱਥੇ ਆਪਾਂ ਬੈਠੇ ਹੋਏ ਹਾਂ, ਗੁਰੂ ਕਲਗੀਧਰ ਪਾਤਸ਼ਾਹ ਦੀ ਧਰਤੀ ਹੈ। ਇਹ ਮਹਾਰਾਜ ਦੇ ਤਾਂ ਤੀਰ ਵੈਸੇ ਹੀ ਇਤਿਹਾਸ ਦੇ ਵਿੱਚ ਬਹੁਤ ਜਗ੍ਹਾ 'ਤੇ ਪ੍ਰਸਿੱਧ ਨੇ, ਪਰ ਜਿਹੜੇ ਦਰਗਾਹੀ ਤੀਰ ਜਦੋਂ ਜਿਹਦੇ 'ਤੇ ਉਹ ਬਖਸ਼ਿਸ਼ ਕਰਦੇ, ਬਾਬਾ ਸੇਵਾ ਸਿੰਘ ਜੀ ਦੇ ਵੀ ਤਾਂ ਉਹ ਦਰਗਾਹੀ ਤੀਰ ਹੀ ਚੱਲਿਆ ਸੀ। ਇੱਕ ਹਲਵਾਈ ਦਾ ਕਾਰੋਬਾਰ ਕਰਨ ਵਾਲੇ ਦਰਸ਼ਨ ਕਰਨ ਆਏ ਅਤੇ ਇੱਕ ਬੀਬੀ ਨੇ ਤਾਨਾ ਮਾਰ ਦਿੱਤਾ, ਉਹ ਤੀਰ ਗੁਰੂ ਕਲਗੀਧਰ ਪਾਤਸ਼ਾਹ ਦੇ ਸੀ ਅਤੇ ਉਹ ਵੀ ਇੱਥੇ ਦੇ ਇੱਥੇ ਜੋ ਕੇ ਰਹਿ ਗਏ, ਬਿਲਕੁਲ ਵਾਪਸ ਨਹੀਂ ਗਏ, ਵਾਪਸ ਨਹੀਂ ਗਏ। ਅਸੀਂ ਇਹ ਵੀ ਬਚਨ ਸੁਣਦੇ ਹਾਂ ਜਦੋਂ ਬਾਬਾ ਸੇਵਾ ਸਿੰਘ ਜੀ ਭਾਲ ਵਿੱਚ ਸਨ ਕਿ ਸੇਵਾਦਾਰ ਕੋਈ ਲੱਭੇ, ਕਿਸੇ ਨੇ ਦੱਸ ਪਾਈ ਕਿ ਬਾਬਾ ਲਾਭ ਸਿੰਘ ਜੀ ਜੋੜਿਆਂ ਦੀ ਸੇਵਾ ਕਰਦੇ ਨੇ ਅੰਮ੍ਰਿਤਸਰ, ਅਤੇ ਕਿਸੇ ਨੇ ਕਿਹਾ ਕਿ ਉਹ ਬਾਬਾ ਜੀ ਕਿਸ ਤਰ੍ਹਾਂ ਹੈ, ਤੁਹਾਨੂੰ ਲੱਗਦਾ ਸੇਵਾਦਾਰ ਉੱਥੇ ਸੇਵਾ ਕਰਦਾ ਹੁੰਦਾ ਹਮੇਸ਼ਾ ਹੀ? ਕਹਿੰਦੇ ਚਲੋ। ਅੱਛਾ ਜੀ। ਅਤੇ ਇਸ ਤਰ੍ਹਾਂ ਦਾ ਬਚਨ ਹੈ ਕਿ ਜੋੜਿਆਂ ਅਤੇ ਉੱਥੇ ਸੇਵਾ ਕਰਦਿਆਂ ਨੂੰ ਕਹਿਣ ਲੱਗੇ ਆ ਭਾਈ ਚੱਲੀਏ। ਉਹ ਕਹਿਣ ਲੱਗੇ ਮੈਂ ਘਰ ਦੱਸਿਆ ਵਾਂ। ਕਹਿੰਦੇ ਕਿਹੜੇ ਘਰ?
ਤੂੰ ਕਰਤਾ ਆ ਗਿਆ, ਉੱਥੋਂ ਹੀ ਆ ਗਏ ਅਨੰਦਪੁਰ। ਬਾਅਦ ਦੇ ਵਿੱਚ ਉੱਥੇ ਪਤਾ ਲੱਗਿਆ, ਇਸ ਤਰ੍ਹਾਂ ਬਚਨ ਸੁਣਦੇ ਅਸੀਂ ਬਾਬਾ ਜੀ ਦਾ। ਅੱਛਾ, ਹਾਂ, ਜੋੜਾ ਘਰ ਤੋਂ ਹੀ, ਉੱਥੋਂ ਹੀ ਇੱਧਰ ਆ ਗਏ ਬਸ। ਇਹ ਤੇ ਇਹਨੂੰ ਕਹਿੰਦੇ ਨਾ ਤਿਆਗ। ਕਈ ਵਾਰੀ ਆਪਾਂ ਸੋਚਦੇ ਨੇ ਤਿਆਗ ਕੀ ਹੁੰਦਾ, ਤੇ ਇਹ ਤਿਆਗ ਮਹਾਂਪੁਰਖ ਹੀ ਸਾਨੂੰ ਦਰਸਾਉਂਦੇ ਨੇ। ਬਾਬਾ ਸੇਵਾ ਸਿੰਘ ਜੀ ਇੱਥੇ ਆਏ ਅਤੇ ਫਿਰ ਵਾਪਸ ਨਹੀਂ ਗਏ, ਅਤੇ ਕੀਤਾ ਕਿ ਆਪਾਂ ਤਾਂ ਕਈ ਵਾਰੀ ਗੁਰੂ ਪਾਤਸ਼ਾਹ ਜੀ ਸਨਮੁੱਖ ਮੱਥਾ ਟੇਕਣ ਲੱਗਿਆ ਵੀ ਕੋਈ ਛੋਟੇ ਤੋਂ ਛੋਟਾ ਨੋਟ ਜਾਂ ਕੋਈ ਚੇਨ ਮਾ, ਅਤੇ ਮਹਾਂਪੁਰਖਾਂ ਨੇ ਦਸਤਾਰ ਰੱਖ ਕੇ ਅੱਗੇ ਨਮਸਕਾਰੀ ਕਰ ਦਿੱਤੀ ਕਿ ਇਹ ਸੇਵਾ ਦੇ ਦਿਓ ਜੀ ਜੀ, ਸੇਵਾ ਮੰਗ ਕੇ ਲਈ, ਸੇਵਾ ਮੰਗ ਕੇ ਲਈ। ਅੱਜ ਆਹ ਜਿਹੜਾ ਪ੍ਰਤਾਪ ਆਪਾਂ ਇੱਥੇ ਤੱਕਦੇ ਪਏ, ਇਹ ਮੰਗ ਕੇ ਗੁਰੂ ਕਲਗੀਧਰ ਪਾਤਸ਼ਾਹ ਚੱਲਿਆ। ਔਰ ਜਿਸ ਤਰ੍ਹਾਂ ਅਸੀਂ ਦਰਸਾਇਆ ਸੀ, ਕਹਿਣ ਲੱਗੇ ਮੈਂ ਹਲਵਾਈ ਹਾਂ, ਮੂਰਖ ਕਾਰੇ ਲਾਈਆ, ਹਾਂ ਮੂਰਖ ਕਾਰੇ ਲਾਈਆ, ਇਹ ਕਈ ਜਾਣ ਅਤੇ ਵਿਰਾਗ ਉਹਨਾਂ ਦਾ ਬੰਦ ਨਾ ਹੋਵੇ ਪਲੇਨ ਦੇ ਵਿੱਚ ਜੀ। ਅਤੇ ਕਹਿੰਦੇ ਪੰਜ ਅਸੀਂ ਟੋਕਰੇ ਅਤੇ ਪੰਜ ਕਈਆਂ ਲੈ ਕੇ ਅਤੇ ਸੇਵਾ ਆਰੰਭ ਕੀਤੀ ਸੀ, ਅਤੇ ਜਿਹੜੀ ਮਿੱਟੀ ਉੱਚੀ ਨਜ਼ਰ ਆਵੇ ਉਹਨੂੰ ਨੀਵੀਂ ਕਰੀਏ, ਜਿੱਥੇ ਨੀਵੀਂ ਨਜ਼ਰ ਆਵੇ ਉਹਨੂੰ ਭਰੀਏ, ਇੱਦਾਂ ਸੇਵਾ ਕੀਤੀ। ਅਤੇ 1977 28 ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਸੀ, 28 ਗੁਰੂ ਘਰਾਂ ਦੀ ਸੇਵਾ, ਗੁਰੂ ਘਰਾਂ 1977 ਦੇ 77 ਜਦੋਂ ਅਸੀਂ ਨਾਲ ਉਹਨਾਂ ਦੇ ਵਲੈਤ ਤੋਂ ਆਏ ਸਾਂ ਜੀ ਜੀ, ਅਤੇ ਅਸੀਂ ਇਹ ਪੁੱਛਿਆ ਨਾ ਜਦੋਂ ਬਾਬਾ ਜੀ ਨੂੰ, ਬਾਬਾ ਜੀ ਅਸੀਂ ਤਾਂ ਬਾਬਾ ਜੀ ਥੋੜ੍ਹੀ ਜਿਹੀ ਸੇਵਾ ਉੱਥੇ ਕੀਤੀ ਹੈ ਸੈਂਟਰਲ ਅਫਰੀਕਾ ਚ ਲੁਸਾਕੇ, ਇੱਕ ਮਹਾਰਾਜ ਨੇ ਸੇਵਾ ਬਖਸ਼ੀ ਸੀ ਪਹਿਲਾ ਗੁਰਦੁਆਰਾ ਤਿਆਰ ਕਰਨ ਦੀ, ਉਹ 6 ਮਹੀਨਿਆਂ 'ਚ ਗੁਰਦੁਆਰਾ ਬਣਿਆ ਸੀ ਜੀ, ਅਤੇ ਕਿਉਂਕਿ ਪਿਆਰ ਨਾਲ ਜੋ ਅਸੀਂ ਕੀਤਾ ਅਤੇ ਉਹ ਫਿਰ ਸਾਨੂੰ ਮਹਿਸੂਸ ਹੋਈ ਗੱਲ ਕੋਈ ਕਿ ਤਾਂ ਦੁਨੀਆ ਹੀ ਬਦਲ ਗਈ, ਕੁਛ ਹੋਰ ਹੀ ਗੱਲ ਹੋ ਗਈ ਹੈ ਜੀ। ਅਤੇ ਅਸੀਂ ਕਿਹਾ ਬਾਬਾ ਜੀ ਤੁਸੀਂ 28 ਗੁਰਦੁਆਰਿਆਂ ਦੀ ਸੇਵਾ ਕਰਦੇ ਹੋ ਅਤੇ ਤੁਸੀਂ ਕਹਿੰਦੇ ਤੁਸੀਂ ਹਲਵਾਈ ਹੋ, ਉਹ ਕਹਿੰਦੇ ਹਾਂ ਮੂਰਖ ਕਾਰੇ ਲਾਈਆ, ਫਿਰ ਵਿਰਾਗ 'ਚ ਚਲੇ ਜਾਣ। ਸੋ ਇਸ ਤਰ੍ਹਾਂ ਦੇ ਉਹ ਸਨ ਪਿਆਰ ਵਾਲੇ, ਕਹਿੰਦੇ ਪੱਥਰ ਚੱਕ ਚੱਕ ਕੇ ਪਵੌੜ ਸਾਹਿਬ ਜਿਹੜਾ ਹੈ ਥੱਲਿਓਂ ਪੱਥਰ ਚੱਕ ਚੱਕ ਕੇ ਉੱਪਰ ਲੈ ਕੇ ਆ ਕੇ ਕਿੱਦਾਂ ਬਣਾਇਆ, ਕਿਸ ਤਰ੍ਹਾਂ। ਅੱਜ ਵੀ ਜਿਹੜੇ ਲੋਕ ਆ ਕੇ ਦੇਖਦੇ ਕਿ ਇਹ ਤਾਂ ਇੱਕ ਵੱਖਰਾ ਸੈਕਿੰਡ ਭਾਖੜਾ ਡੈਮ ਤਿਆਰ ਕਰ ਦਿੱਤਾ, ਇੰਨਾ ਉੱਥੇ ਇੰਨੀ ਉਚਾਈ ਦੇ ਉੱਤੇ ਐਡਾ ਵਧੀਆ ਥੱਲਿਓਂ ਉਹਦਾ ਬੇਸ ਕਿੰਨਾ ਵੱਡਾ ਬੰਨ ਕੇ, ਅਤੇ ਉੱਥੇ ਪਵੌੜ ਸਾਹਿਬ ਮਹਾਰਾਜ ਨੇ ਚੌਪੀ ਸਾਹਿਬ ਉਚਾਰਨ ਕੀਤੀ ਹੈ, ਵੇਖੋ ਇਹ ਤਾਂ ਹੁਣ ਸਾਧੂ ਹੀ ਜਾਣਦੇ ਨੇ ਉਹ ਜਿਹੜੇ ਨਜ਼ਾਰੇ ਉਸ ਧਰਤੀ ਦੇ ਉੱਤੇ। ਔਰ ਫਿਰ ਇਹ ਨਹੀਂ ਕਿ ਕੋਈ ਡਿਗਰੀਆਂ ਕੀਤੀਆਂ, ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਹਾਂਜੀ, ਅਤੇ ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਅਹੰਕਾਰ, ਇਹ ਡਰਨ ਵਾਲੀ ਗੱਲ ਆ, ਜੇ ਥੋੜ੍ਹੀ ਜਿਹੀ ਪੜ੍ਹਾਈ ਹੋ ਗਈ ਅਤੇ ਲੱਭ ਲੋਭ ਅਹੰਕਾਰ ਵਿੱਚ ਨਾ ਪੈ ਜਾਈ, ਅਹੰਕਾਰੀ ਨਾ ਬਣ ਜਾਈ ਮੈਨੂੰ ਕੁਛ ਆ ਗਿਆ। ਸਿੱਖ ਦਾ ਕੰਮ ਸਿੱਖਣਾ, ਸਿੱਖੀ ਜਾਵੇ ਗੁਰੂ ਤੋਂ, ਸਿੱਖੀ ਜਾਵੇ ਕੀ ਸਿੱਖਿਆ ਲਈ ਹੈ ਗੁਰੂ ਤੋਂ, ਸਭ ਤੋਂ ਉੱਚੀ ਸਿੱਖਿਆ ਜਿਹਨੂੰ ਗੁਰੂ ਤੋਂ ਮਿਲਣੀ, ਗੁਰ ਕੀ ਮੱਤ ਤੂੰ ਲੈ ਆਣੇ ਭਗਤ ਪਿਣਾ ਬਹੁ ਡੁੱਬੇ ਸਿਆਣੇ। ਅਸੀਂ ਐਣੇ ਬਣਦੇ ਨਹੀਂ ਨਾ, ਆਪਣੇ ਆਪ ਨੂੰ ਅਸੀਂ ਪਹਿਲਾਂ ਹੀ ਸਿਆਣੇ ਸਮਝਦੇ, ਜੇ ਭਾਂਡਾ ਪਹਿਲਾਂ ਭਰਿਆ ਹੋਏਗਾ ਤਾਂ ਉਹਦੇ ਵਿੱਚ ਕੀ ਸਮਾਏਗਾ, ਥੋੜ੍ਹਾ ਬਹੁਤਾ ਤਾਂ ਖਾਲੀ ਕਰੀਏ, ਆਪਣੇ ਆਪ ਨੂੰ ਐਣੇ ਸਮਝੀਏ, ਜਿਵੇਂ ਬੱਚੇ ਖਾਲੀ ਉਹਦਾ ਹੱਥ ਹੋਏ ਜਾਂ ਉਹਦੀ ਪੋਕਿਟ ਖਾਲੀ ਹੋਏ ਤਾਂ ਪਿਤਾ ਭਾਰ ਹੀ ਦਿੰਦਾ, ਅਤੇ ਜੇ ਅਸੀਂ ਹੰਕਾਰੀ ਹੋ ਕੇ ਵਿਚਰਾਂਗੇ ਤਾਂ ਫਿਰ ਉਹ ਰਹਿਮਤ ਕਿੱਥੋਂ ਪ੍ਰਾਪਤ ਕਰਾਂਗੇ। ਸੋ ਇਹ ਡਰ ਐਸਾ ਹੈ, ਦੂਰੋਂ ਦੂਰੋਂ ਆਉਂਦੇ ਨੇ ਲੋਕ ਜੀ ਅਨੰਦਪੁਰ ਦੇ ਦਰਸ਼ਨ ਕਰਨ ਵਾਸਤੇ ਜੀ, ਹਾਂਜੀ, ਅਤੇ ਇਹ ਭਾਗਾਂ ਵਾਲੀ ਗੱਲ ਹੈ, ਉਹ ਜਿਹੜੇ ਆਏ ਉਹਨਾਂ ਨੇ ਫਿਰ ਇੱਥੇ ਜੱਥਾ ਹੀ ਬਣਾ ਦਿੱਤਾ ਜੀ, ਹਾਂਜੀ, ਅਨੰਦਗੜ੍ਹ ਗੁਰਦੁਆਰੇ ਵਾਲਾ ਜੱਥਾ ਜਿਹੜਾ ਹੈ ਬਾਬਾ ਸੇਵਾ ਸਿੰਘ ਨੇ ਇੱਥੇ ਹੀ ਰਹਿ ਗਏ, ਅਨੰਦਪੁਰ ਹੀ ਇੱਥੇ ਰਹਿਣਾ ਹੈ, ਮੁੜ ਕੇ ਇੱਥੋਂ ਗਏ ਹੀ ਨਹੀਂ, ਅਨੰਦਪੁਰ ਬਸ ਆਨੰਦ ਹੀ ਆਨੰਦ ਦੇਖਦੇ ਨੇ ਉਹਨਾਂ ਦਾ। ਬੜੀ ਇਹ ਗੱਲ ਉੱਚੀ ਹੈ ਕਿ ਗੁਰੂ ਨੂੰ ਬਿਲਕੁਲ ਆਪਣਾ ਤਨ ਮਨ ਧਨ ਸੌਂਪਣ ਵਾਲੀ ਗੱਲ ਕਰਕੇ ਦਿਖਾਈ ਹੈ ਬਾਬਾ ਜੀ ਨੇ। ਬਿਲਕੁਲ, ਇੱਥੇ ਜਦੋਂ ਆਪਾਂ ਦੇਖਦੇ ਹਾਂ ਪਹਿਲਾ ਸਰੂਪ ਬਹੁਤ ਹੋਰ ਹੁੰਦਾ ਸੀ, ਅੱਜ ਤਾਂ ਬਹੁਤ ਬਦਲ ਚੁੱਕਾ ਹੈ, ਮੈਨੂੰ ਲੱਗਦਾ ਕਿ ਜਿਵੇਂ ਆ ਤਖ਼ਤ ਸਾਹਿਬ ਤੋਂ ਲੈ ਕੇ ਅਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੱਕ ਇਹ ਜਿਹੜਾ ਸਾਰਾ ਸਰੂਪ ਹੈ, ਇਹ ਵੀ ਸੇਵਾ ਬਾਬਾ ਜੀ ਵੱਲੋਂ ਕਰਵਾਈ ਗਈ, ਇਸ ਦੇ ਪਰਥਾਈ ਵੀ ਥੋੜ੍ਹੀ ਜਿਹੀ, ਕਿਉਂਕਿ ਸੰਗਤਾਂ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ, ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਥੋੜ੍ਹੀ ਜਿਹੀ ਆਪ ਜੀ ਜਾਣਕਾਰੀ ਸਾਂਝੀ ਕਰਦੇ। 77 ਦੇ ਵਿੱਚ ਜਦੋਂ ਅਸੀਂ ਆਏ ਸਨ ਬਾਬਾ ਜੀ ਨਾਲ, ਫਿਰ ਉੱਥੋਂ ਦਿੱਲੀ ਆਏ ਜੀ,
ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਵਾਹਿਗੁਰੂ ਨਹੀਂ ਬੰਦ ਹੋਇਆ ਸਿਮਰਨ, ਵਾਹਿਗੁਰੂ 6-7.5 ਘੰਟੇ ਜੀ। ਹਾਂਜੀ, ਅਤੇ ਫਿਰ ਉਦੋਂ ਉਹ ਚਾਹੁੰਦੇ ਸਨ ਕਿ ਸੜਕ ਇੱਕ ਸਿੱਧੀ ਨਿਕਲੇ ਜੀ, ਸਿੱਧੀ ਸੜਕ ਆਨੰਦਗੜ੍ਹ ਕਿਲ੍ਹੇ ਤੋਂ ਤਖ਼ਤ ਕੇਸਗੜ੍ਹ ਤੱਕ ਜੀ। ਇਹ ਜਿਹੜੀ ਹੁਣ ਆਪਾਂ ਥੱਲੇ ਸੜਕ ਦੇਖਦੇ ਹਾਂ, ਇਹ ਉਹ ਲਾਈਨ ਹੈ ਜੀ, ਕਿਉਂਕਿ ਇੱਥੇ ਪਹਾੜੀਆਂ ਕੱਚੀਆਂ ਪਹਾੜੀਆਂ ਨਾ ਖੁਰ ਗਈਆਂ ਸੀ ਜੀ, ਅਤੇ ਥੱਲਿਓਂ ਥੱਲਿਓਂ ਦੀ ਜਾਣਾ ਪੈਂਦਾ ਸੀ ਉੱਪਰੋਂ ਇਹ। ਸੋ ਉਸ ਵੇਲੇ ਬਾਬਾ ਜੀ ਨੇ ਇਹ ਕਿਹਾ ਸੀ ਕਿ ਇਹਦੀ ਲਾਈਨ ਦੇਣੀ, ਉਹ ਲਾਈਨ ਦਿੱਤੀ ਗਈ ਉਸ ਵੇਲੇ ਆਪਾਂ ਦਿੱਤੀ ਲਾਈਨ ਇਹ। ਅੱਛਾ ਜੀ, ਹਾਂਜੀ, 1977 'ਚ, 1977। ਫਿਰ ਉਹਨਾਂ ਨੇ ਕੁਛ ਬਚਨ ਕਹੇ ਜੀ, ਸਾਨੂੰ ਕਹਿਣ ਲੱਗੇ ਕਿ ਦੇਖੋ ਮਹਾਰਾਜ ਨੇ ਕਿੱਡੀ ਬਖਸ਼ਿਸ਼ ਕੀਤੀ ਸਿੱਖਾਂ 'ਤੇ, ਚਿੱਟਾ ਦੁੱਧ ਸੰਗ ਮਰਮਰ ਲੋ ਆਉਂਦੇ ਨੇ, ਅਤੇ ਅਸੀਂ ਦੋ ਪੌੜੀਆਂ ਉੱਪਰ ਚੜ੍ਹੇ ਨਾਲ ਉਹਨਾਂ ਦੇ, ਅਤੇ ਅੱਗੇ ਜਾ ਕੇ ਕਹਿੰਦੇ ਲੇਕਿਨ ਇਹਨਾਂ ਦੀ ਮੱਤ ਨੂੰ ਪਤਾ ਨਹੀਂ ਕੀ ਹੋਇਆ, ਨਾਲ ਉਹ ਚਿੱਟਾ ਦੁੱਧ ਪੱਥਰ ਵੀ ਜਿਹੜਾ ਕਾਲਾ ਕਰਾਈ ਜਾਂਦੇ, ਨਾਮ ਲਿਖਾਈ ਜਾਂਦੇ ਨਾਲ ਲਿਖਾ ਲਿਖਾ ਕੇ ਉਹ ਵੀ ਕਾਲਾ ਕਰ ਦਿੰਦੇ ਨੇ। ਤੁਸੀਂ ਦੇਖੋ ਉਹ ਫਿਰ ਜਦੋਂ ਆਪਾਂ ਸੇਵਾ ਇੱਥੇ ਕੀਤੀ, ਉਹ ਸਾਰੀ ਜਿਹੜੀ ਸੀ ਨਾ ਕੋਟਯਾਰ ਜਿਹੜਾ ਸੀ ਉੱਥੇ ਨਾਮ ਲਿਖੇ ਸੀ, ਕਿਉਂਕਿ ਉਹ ਫਿਰ ਚਿੱਟਾ ਪੱਥਰ ਦੂਜਾ ਲੱਗਣਾ ਸੀਗਾ, ਉਦੋਂ ਬਦਲਿਆ ਗਿਆ। ਉਦੋਂ ਅਸੀਂ ਬਾਬਾ ਜੀ ਦੇ ਬਚਨ ਇਹ ਯਾਦ ਕਰਦੇ ਸੀ, ਇੱਕ ਸਾਧ ਬਚਨ ਅਟਲਾਦਾ, ਉਹਨਾਂ ਨੇ ਚਿੱਟਾ ਚਾਹੁੰਦੇ ਸੀ ਚਿੱਟਾ ਲਵਾ ਤਾ, ਅਤੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਡਿਸਪੈਂਸਰੀ ਬਣਾਉਣੀ ਭਾਈ ਘਨੱਈਆ ਜੀ ਦੀ। ਉਹ ਫਿਰ ਬਾਬਾ ਲਾਭ ਸਿੰਘ ਜੀ ਹੋਰਾਂ ਨੇ ਜਗ੍ਹਾ ਲਈ ਅਤੇ ਇੱਥੇ ਭਾਈ ਘਨੱਈਆ ਜੀ ਦਾ ਅਸਥਾਨ ਬਣ ਗਿਆ। ਹੈਂ, ਉਹ ਬਚਨ ਪੁਰਾਣੇ ਜਿਹੜੇ ਹੁੰਦੇ ਨੇ ਫਿਰ ਤੁਹਾਨੂੰ ਯਾਦ ਆਉਂਦੇ, ਉਹਨਾਂ ਨੇ ਇਹ ਕਿਹਾ ਸੀ ਜੀ। ਸੋ ਬਿਲਕੁਲ ਸੇਵਾ ਦੀ, ਸੇਵਾ ਦੀ ਮੂਰਤ, ਨਾਮ ਵੀ ਸੇਵਾ ਸਿੰਘ ਅਤੇ ਸੇਵਾ ਦੀ ਉਸ ਮੂਰਤ ਨੇ। ਅੱਗੋਂ ਉਹਨਾਂ ਦੀ ਫੁਲਵਾੜੀ ਦੇਖੋ, ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ, ਦੋਨਾਂ ਨੇ ਸੇਵਾ ਆਰੰਭ ਕੀਤੀ ਅਤੇ ਅੱਜ ਆਪਾਂ ਜੋ ਤੱਕਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਸੰਗਤਾਂ ਦਾ ਜੋ ਪਿਆਰ, ਕਲਕੱਤੇ ਤੋਂ ਸੰਗਤਾਂ ਦੇ ਜੱਥੇ ਆਏ ਨੇ, ਬੰਬਈ ਤੋਂ ਜੱਥੇ ਆਏ ਨੇ, ਵਿਦੇਸ਼ਾਂ ਤੋਂ ਤਾਂ ਆਏ ਹੀ ਆਏ ਨੇ ਆਪ ਜੀ ਦੇ ਨਾਲ ਵੀ ਜੱਥੇ, ਹੋਰ ਕਈ ਮੁਲਕਾਂ ਤੋਂ ਸੰਗਤਾਂ ਆਈਆਂ, ਅਤੇ ਅਜੇ ਭੋਗ ਵਾਲੇ ਦਿਹਾੜੇ ਦੇ ਉੱਤੇ ਮੈਨੂੰ ਲੱਗਦਾ ਕਿ ਹੋਰ ਵੱਡਾ ਇਕੱਠ ਹੋਏਗਾ। ਸੋ ਇਹ ਸਾਰਾ ਬਾਬਾ ਹਰਭਜਨ ਸਿੰਘ ਜੀ ਜੀ, ਹਾਂਜੀ, ਉਹਨਾਂ ਦੀ ਦਸਤਾਰਬੰਦੀ ਅੱਜ ਹੋਈ ਹੈ। ਹਾਂਜੀ ਹਾਂਜੀ, ਉਹ ਵੀ ਤੁਸੀਂ ਦੇਖੋ ਕਿੰਨੇ ਸਾਦੇ ਨੇ, ਜਿੱਥੇ ਬੈਠੇ ਨੇ ਉੱਥੇ ਹੀ ਬੈਠੇ ਨੇ, ਸਾਰਾ ਦਿਨ ਸਲੈਬ ਪੈ ਰਹੀ ਹੈ ਕੌਂਕਰੀਟ ਦੀ, ਉਹ ਆਏ ਗਏ ਨੂੰ ਪਿਆਰ ਨਾਲ ਪਿਆਰ ਬਖਸ਼ੀ ਜਾਂਦੇ ਨੇ ਅਤੇ ਬੈਠੇ ਨੇ ਕੌਂਕਰੀਟ ਦੇ ਵਿੱਚ, ਹੱਥ ਤਾਂ ਕੋਈ ਨਹੀਂ ਲਾ ਰਹੇ ਕਰ ਰਹੇ। ਹਾਂਜੀ, ਕਈ ਵਾਰੀ ਦੇਖਦੇ ਦੂਜੇ ਪਾਸੇ ਮੂੰਹ ਕਰਕੇ ਵੀ ਬੈਠੇ ਹੁੰਦੇ ਨੇ, ਲੇਕਿਨ ਪਤਾ ਲੱਗਦਾ ਕਿ ਭਜਨ ਬੰਦਗੀ ਕਰੀ ਜਾ ਰਹੇ ਨੇ, ਬੈਠੇ ਕਰੀ ਜਾ ਰਹੇ ਨੇ। ਸੋ ਉਹਨਾਂ 'ਤੇ ਵੀ ਰਹਿਮਤ ਹੋਈ ਹੈ ਗੁਰੂ, ਉਹਨਾਂ ਨੂੰ ਵੀ ਇਸ ਤਰ੍ਹਾਂ ਵੀ, ਹਾਂਜੀ, ਸਵਾਇਆ ਕਰਨ, ਉਹ ਪੰਜਾਬੀ 'ਚ ਕਹਿੰਦੇ ਨੇ ਜਿਹੜੇ ਸਾਡੇ ਤੋਂ ਬਾਅਦ ਆਉਣ ਸਵਾਏ ਆਉਣ। ਸੋ ਬਿਲਕੁਲ ਉਹਨਾਂ ਦੇ ਅੰਦਰ ਵੀ ਬਹੁਤ ਨਿਮਰਤਾ ਅਸੀਂ ਤੱਕੀ, ਕਈ ਵਾਰੀ ਜਦੋਂ ਵੀ ਮਿਲਦੇ ਹਾਂ ਕਿ ਬਹੁਤ ਹੀ ਇੱਕ ਨਿਮਾਣੇ ਗੁਰਸਿੱਖ ਵਾਂਗੂ ਮਿਲਦੇ ਨੇ। ਬਿਲਕੁਲ ਬਿਲਕੁਲ, ਔਰ ਖਿੜੇ ਰਹਿੰਦੇ ਨੇ, ਖਿੜੇ ਰਹੇ, ਹਾਂਜੀ ਖਿੜੇ ਰਹਿੰਦੇ, ਕੋਈ ਬਹੁਤ ਪਿਆਰ ਵਾਲੀ ਗੱਲ ਹੈ। ਅਤੇ ਆਪਾਂ ਨੂੰ ਸਿੱਖਾਂ ਨੂੰ ਇਹ ਜਿਹੜੀ ਕਾਰ ਸੇਵਾ ਦੀ ਮਹਾਰਾਜ ਨੇ ਚਲਾਈ ਹੈ, ਮਿੱਤ ਚਲਾਈ ਹੈ ਨਾ, ਇਹ 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 ਇਹਨੂੰ ਕਾਇਮ ਰੱਖਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਕੀ ਹੈ, ਬਹੁਤ ਸਾਰੀਆਂ ਸੰਗਤਾਂ ਜੁੜਦੀਆਂ, ਨਾਮ ਜਪਦੀਆਂ ਹੈ, ਉਹਨਾਂ ਨੂੰ ਸ਼ਰਧਾ ਗੁਰੂ ਵਾਸਤੇ ਪੈਦਾ ਹੁੰਦੀ ਹੈ। ਨਹੀਂ ਤਾਂ ਇਕਵਿਪਮੈਂਟ ਬੜੇ ਬੜੇ ਵੱਡੇ ਅੱਜ ਕੱਲ੍ਹ ਇਕਵਿਪਮੈਂਟ ਨੇ, ਉਹਨਾਂ ਨਾਲ ਕੰਮ ਕਰਾ ਲਓ, ਉਹ ਗੱਲ ਕੁਛ ਹੋਰ ਹੈ। ਅਤੇ ਇਹ ਵੀ ਕਹਿਣਾ ਕਿ ਸਾਰੇ ਕਾਰ ਸੇਵਾ ਵਾਲੇ ਪੱਥਰ ਲਾਈ ਜਾਂਦੇ ਨੇ, ਇਹਨਾਂ ਨੂੰ ਪਤਾ ਕੋਈ ਨਹੀਂ, ਨਾ ਇਸਦਾ ਵੀ ਨਹੀਂ ਕਹਿਣਾ ਚਾਹੀਦਾ। ਹਾਂਜੀ, ਇਹ ਗੁਰੂ ਦੀ ਜਿਹੜੀ ਰਹਿਮਤ ਤੋਂ ਬਗੈਰ ਕੋਈ ਕੋਈ ਨਹੀਂ ਕਰ ਸਕਦਾ, ਇੱਕ ਪੱਤਾ ਨਹੀਂ ਹਿੱਲ ਸਕਦਾ। ਉਹ ਆਪਣਾ ਜੋ ਵੀ ਸ਼ਰਧਾ ਨਾਲ ਕੰਮ ਕਰਦੇ ਆ ਉਹਨਾਂ ਨੂੰ ਕਰਨ ਦਿਓ ਜੀ। ਹਾਂ, ਇਸ ਤਰ੍ਹਾਂ ਨਹੀਂ ਕਦੇ ਕਹਿਣਾ ਚਾਹੀਦਾ ਹੈ। ਬਿਲਕੁਲ, ਉਹ ਕਹਿੰਦੇ ਸੋਨਾ ਕਿਉਂ ਲਾਈ ਜਾਂਦੇ ਹੋ, ਉਹ ਕਿਉਂ ਕਰੀ ਜਾਂਦੇ ਹੋ, ਪ੍ਰੇਮ ਦੇ ਵਿੱਚ ਜੋ ਵੀ ਕੋਈ ਕਰ ਸਕਦਾ ਉਹ ਕਰਨ ਦਿਓ। ਆਪਾਂ ਭਾਈ ਸਾਹਿਬ ਜੀ ਜਿਸ ਧਰਤੀ ਤੇ ਬੈਠੇ ਆ, ਕਿੰਨੀਆਂ ਕਿੰਨੀਆਂ ਲੱਖਾਂ ਉਸ ਵੇਲੇ ਦੇ ਲੱਖਾਂ ਰੁਪਇਆਂ ਦੀਆਂ ਚਾਨਣੀਆਂ ਅਤੇ ਹੋਰ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਇਸ ਦਰ ਦੇ ਉੱਤੇ ਆਉਂਦੀਆਂ ਰਹੀਆਂ, ਜਿਹਨਾਂ ਨੂੰ ਵੇਖ ਕੇ ਇੱਕ ਰਾਜੇ ਵੀ ਈਰਖਾ ਕਰਦੇ ਸੀ ਦਸਵੇਂ ਪਾਤਸ਼ਾਹ ਜੀ ਦੇ ਦਰ ਦੇ। ਠੀਕ ਹੈ, ਅਤੇ ਉਦੋਂ ਵੀ ਤਾਂ ਸੋਨਾ ਆਉਂਦਾ ਹੀ ਸੀ, ਜਿਹੜੀਆਂ ਕਿੰਨੇ ਕਿੰਨੀਆਂ, ਕਿਉਂਕਿ ਇਹ ਤਾਂ ਸ਼ਰਧਾਲੂ ਦੇ ਮਨ ਦੀ ਇੱਛਾ ਕਿ ਮੇਰੇ ਗੁਰੂ ਦਾ ਦਰ ਮੇਰੇ ਦਰ ਤੋਂ ਘਰ ਤੋਂ ਬਹੁਤ ਸੋਹਣਾ ਹੋਇਆ। ਠੀਕ, ਅਤੇ ਇਹ ਸਾਡੀ ਆਪ ਜੀ ਨੇ ਸੋਨੇ ਦੀ ਸੇਵਾ ਉੱਥੇ ਵੀ ਕੀਤੀ ਹੈ ਦਰਬਾਰ ਸਾਹਿਬ ਦੀ,
ਉਹ ਵੀ ਆਪਣੇ ਆਪ 'ਚ ਉਦਾਹਰਣ ਹੈ। ਕਰਾਉਣ ਵਾਲਾ ਉਹ ਹੈ ਜੀ, ਇਹ ਪੱਕੀ ਤਰ੍ਹਾਂ ਯਾਦ ਕਰ ਲੈਣਾ ਚਾਹੀਦਾ ਔਰ ਪੱਕੀ ਤਰ੍ਹਾਂ ਸਮਝ ਲੈਣਾ ਚਾਹੀਦਾ। ਆਪੇ ਪੱਟੀ ਕਲਮੇ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਖੂਹ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਉਹ ਪੁੱਠੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ, ਦਰ ਮੰਗਣ ਪਿੱਖਣਾ ਪਾਇੰਦਾ। ਹਾਂ, ਇਸ ਤਰ੍ਹਾਂ ਉਹ ਪਿਆਰ ਨਾਲ ਹੀ ਉੱਥੇ ਹੈ, ਉੱਥੇ ਪਿਆਰ ਦੇ ਨਾਲ ਅਰਦਾਸ ਹੀ ਹੈ, ਅਰਦਾਸ ਅਰਦਾਸ ਹੀ ਹੈ। ਸੋ ਬਹੁਤ ਅੱਜ ਜਿਹੜਾ ਹੈ ਹਿਸਟੋਰੀਕਲ, ਇਹ ਇੱਕ ਮਾਈਲ ਸਟੋਨ ਹੈ। ਇੱਕ ਸਾਧੂ ਦੁਨੀਆਂ ਤੋਂ ਗਏ ਨੇ, ਅਸੀਂ ਇਹ ਕਹਿੰਦੇ ਹਾਂ, ਅਤੇ ਸਾਨੂੰ ਸਭ ਕੁ ਉੱਥੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਕਿਸਮ ਦੀ ਸੇਵਾ ਕਰਦੇ ਸੀ, ਕਿਉਂ ਇੰਨੀ ਰੌਣਕ ਹੋਈ, ਕਿਉਂ ਇੰਨੀ ਸੰਗਤ ਆਈ, ਇੰਨੀ ਵਰਖਾ ਹੋਈ, ਇਹ ਕੀ ਵਜ੍ਹਾ ਹੋਈ ਹੈ। ਇੱਕ ਸਾਦੇ ਜਿਹੇ ਇਨਸਾਨ ਨੇ ਇੰਨੇ ਦਿਲਾਂ ਦੇ ਉੱਤੇ ਕਿੱਦਾਂ ਅਸਰ ਕੀਤਾ, ਗੁਰੂ ਦੀ ਸੇਵਾ ਕਮਾਈ। ਗੁਰੂ ਕੀ ਨਗਰੀ ਦੇ ਵਿੱਚ ਕਿਰਤੀ ਗੁਰਸਿੱਖ ਨੇ ਕਿਰਤ ਕਰਦੇ ਸੀਗੇ, ਨਾਲ ਸੇਵਾ ਕਰਦੇ ਸੀ, ਸੇਵਾ ਕਰਦੇ ਕਰਦੇ ਕਿੱਥੇ ਪਹੁੰਚ ਗਏ, ਅਨੰਦਪੁਰ ਸਾਹਿਬ ਦੀ ਅੱਜ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਕਰਕੇ ਯਾਦ, ਸਾਰੀ ਸਦਾ ਹੀ ਯਾਦ ਕਰਦੀ ਰਹਿਣੀ ਸੰਗਤ ਨੇ। ਪਰ ਮੈਂ ਸਮਝਦਾ ਕਿ ਸਾਡੀ ਯਾਦ ਫਿਰ ਹੀ ਸਫਲੀ ਹੈ ਜੇ ਉਹ ਗੁਣ ਜੋ ਉਹਨਾਂ ਨੇ ਵਿਸਰ ਗਈ ਸਭ ਧਾਤ ਭਰਾਈ ਵਾਲੀ ਗੱਲ ਜਿਹੜੀ ਕੀਤੀ ਸੀ, ਜੇ ਆਪਾਂ ਉਹਨੂੰ ਲਾਗੂ ਕਰੀਏ। ਆਪਾਂ ਇਤਿਹਾਸ ਤਾਂ ਭਾਈ ਸਾਹਿਬ ਜੀ ਜਿਵੇਂ ਪੜ੍ਹਦੇ ਹਾਂ, ਦੇਖਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸਜਿਦ ਤਿਆਰ ਕਰਵਾਈ ਸ਼੍ਰੀ ਹਰਗੋਬਿੰਦਪੁਰ ਵਿੱਚ, ਮੰਦਰ ਤਿਆਰ ਕਰਵਾਏ, ਪਰ ਸਾਡੇ 'ਚ ਕਿਤੇ ਨਾ ਕਿਤੇ ਥੋੜ੍ਹੀ ਸੰਕੀਰਨਤਾ ਆ ਜਾਂਦੀ ਹੈ। ਅਸੀਂ ਆਪਣੇ ਦਾਇਰੇ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਾਂ, ਪਰ ਬਾਬਾ ਜੀ ਨੇ ਉਹ ਦਾਇਰੇ ਵੀ ਅੱਗੋਂ ਲੰਘ ਕੇ ਜਾ ਕੇ ਖੁੱਲ੍ਹਾ, ਐਸੀ ਖੁੱਲ੍ਹੀ ਸੇਵਾ ਕੀਤੀ ਹੈ ਕਿ ਹਰ ਕੋਈ ਜਿਹੜਾ, ਚਾਹੇ ਕਿਸੇ ਧਰਮ ਦਾ ਵੀ, ਹਰ ਕੋਈ ਜਿਹੜਾ ਉਹਨਾਂ ਨੂੰ ਨਮਸਕਾਰਾਂ ਕਰਦਾ, ਯਾਦ ਕਰਦਾ ਪਿਆ। ਹੁਣ ਕਾਰ ਸੇਵਾ ਦੇ ਵਿੱਚ ਕਦੇ ਤੁਸੀਂ ਇਹ ਨਹੀਂ ਦੇਖਦੇ ਕੋਈ ਪੁੱਛਦਾ ਹੋਵੇ, ਤੂੰ ਬਈ ਕਿਉਂ ਇਹ ਬੱਠਲ ਲੈ ਕੇ ਉੱਪਰ ਚੱਲਿਆ, ਤੂੰ ਛੋਟਾ ਹੈ, ਤੂੰ ਵੱਡਾ ਹੈ, ਕਿਹੜੀ ਜਾਤ ਪਾਤ ਹੈ, ਕੋਈ ਪੁੱਛਿਆ ਜਾਂਦਾ ਨਹੀਂ ਨਾ ਪੁੱਛਿਆ ਜਾਂਦਾ। ਇੱਕ ਸਬਕ ਹੈ, ਕਾਰ ਸੇਵਾ ਜਿਹੜੀ ਮਹਾਰਾਜ ਨੇ ਸਾਨੂੰ ਸਿਖਾਈ ਹੈ, ਇਹ ਜਾਤ ਪਾਤ ਤੋਂ ਉੱਪਰ ਹੈ। ਉੱਪਰ ਅਤੇ ਇਹ 550 ਸਾਲਾਂ ਜੇ ਅਸੀਂ ਹੁਸ਼ਿਆਰ ਹਾਂ ਨਾ, ਫਿਰ ਸਾਡੀ ਹੁਸ਼ਿਆਰੀ ਇਹ ਹੋਣੀ ਚਾਹੀਦੀ ਹੈ, ਜਾਤ ਪਾਤ ਤੋਂ ਉੱਪਰ ਉੱਠੀ, ਉੱਪਰ ਉੱਠੀ ਅਤੇ ਇਕੱਠੇ ਹੋਈਏ ਹੈ। ਸਿੱਖਾਂ ਦੇ ਰਗਾਂ ਦੇ ਵਿੱਚ ਪਾਤਸ਼ਾਹ ਦਾ ਖੂਨ ਚੱਲਦਾ ਹੈ, ਅਤੇ ਜਿੰਨੀ ਦੇਰ ਤੱਕ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੇਰੇ ਮਨ ਪਿਆ ਨਿਦਾਨਾ, ਖਾਵੋ ਖਰਚੋ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਲੇਕਿਨ ਜੋ ਪਿਤਾ ਨੇ ਕੀਤਾ ਨੇ, ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਖਜ਼ਾਨੇ ਦੀ ਚਾਬੀ ਮਿਲਣੀ, ਨਹੀਂ ਤਾਂ ਐਵੇਂ ਟੱਕਰਾਂ ਖਾਣ ਵਾਲੀ ਗੱਲ। 550 ਸਾਲ ਇਕੱਠੇ ਹੋਈਏ, ਬਿਲਕੁਲ ਸਾਰੇ ਇਕੱਠੇ ਹੋਈਏ, ਇੱਕਜੁੱਟ ਕਰੀਏ, ਕਾਰ ਕਮਾਈਏ। ਉਸ ਬਾਪੂ ਨੇ ਤਾਂ ਸਾਰੀ ਦੁਨੀਆਂ ਨੂੰ ਗੁਲਵੱਕੜੀ 'ਚ ਲਿਆ, ਕਿੱਥੇ ਤੱਕ ਵੇਖੋ। ਆਪ ਜੀ ਤਾਂ ਵੈਟੀਕਨ ਸਿਟੀ ਜਾਂਦੇ, ਉੱਥੇ ਸਾਰਾ ਕੁਝ। ਹੁਣ ਤਾਂ ਵੈਟੀਕਨ ਵਾਲੇ ਵੀ ਉਹ ਅਖਬਾਰਾਂ 'ਚ ਆ ਰਿਹਾ ਕਿ ਉਹ ਵੀ ਮੰਨਦੇ ਪਏ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਆ ਕੇ ਵੀ ਸੰਦੇਸ਼ ਦਿੱਤਾ, ਜੋੜਨ ਦਾ ਸੰਦੇਸ਼ ਦਿੱਤਾ, ਕੁੱਲ ਲੋਕਾਈ ਨੂੰ ਜੋੜਿਆ ਨਾ। ਉਹਨਾਂ ਨੇ ਕਿਹਾ ਸੀ ਗੋਲੇ ਨਹੀਂ ਹੋਣੇ ਚਾਹੀਦੇ, ਸਲੇਵ ਟ੍ਰੇਡ ਨਹੀਂ ਹੋਣੀ ਚਾਹੀਦੀ ਜੀ। ਅਤੇ ਉਹ ਫਿਰ ਕਈ ਵਾਰੀ ਨਾ ਲੋਕੀ ਘਟਾ ਸਮਝਦੇ ਸੀ ਕਿ ਇਹ ਗੱਲ ਅਸੀਂ ਪ੍ਰਗਟ ਕਰੀਏ ਕਿ ਕੋਈ ਆ ਕੇ ਸਾਨੂੰ ਕਹਿ ਗਿਆ, ਲੇਕਿਨ ਪਾਤਸ਼ਾਹ ਤਾਂ ਬੇਤੜਕ ਕਹਿੰਦੇ ਸੀ, ਜੋ ਵੀ ਕਹਿਣਾ ਹੁੰਦਾ ਸੀ ਕਹਿ ਦਿੰਦੇ ਸੀ। ਸਹੀ ਗੱਲ ਹੈ, ਕਿੱਥੋਂ ਕਿੱਥੋਂ ਜਾ ਕੇ, ਕਿਹੜੇ ਕਿਹੜੇ ਮੁਲਕਾਂ 'ਤੇ। ਅੱਜ ਤਾਂ ਸਾਡੇ ਕੋਲ ਬਹੁਤ ਸਾਰੇ ਸਾਧਨ ਨੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਜਿਹੜਾ ਪਿਆਰ ਦਾ ਸੰਦੇਸ਼ ਦਿੱਤਾ, ਪਿਆਰ ਦਾ ਹੋਕਾ ਦਿੱਤਾ, ਵੇਖੋ ਕਿੱਥੇ ਕਿੱਥੇ ਜਾ ਕੇ ਦਿੱਤਾ। ਅਤੇ ਅੱਜ ਆਪਾਂ ਉਹਨਾਂ ਨੂੰ ਮੰਨਣ ਵਾਲੇ ਜਾਂ ਪੀੜ੍ਹੀ ਦਰ ਪੀੜ੍ਹੀ ਆਪਣੇ ਖਾਨਦਾਨਾਂ ਦੇ ਵਿੱਚ ਗੁਰਸਿੱਖੀ ਪਿੱਛੋਂ ਚੱਲੀ ਆ ਰਹੀ ਹੈ, ਅਤੇ ਜੇ ਅਸੀਂ ਫਿਰ ਵੀ ਇਕੱਠੇ ਨਾ ਹੋਈਏ, ਸਾਡੇ ਮਨਾਂ ਦੇ ਵਿੱਚ ਅਜੇ ਵੀ ਜੇ ਦੂਰੀਆਂ ਬਣੀਆਂ ਨੇ, ਤਾਂ ਮੈਨੂੰ ਲੱਗਦਾ ਸਾਨੂੰ ਸੋਚਣਾ ਬਣਦਾ ਕਿ ਸਾਡੀ ਧਾਤ ਪਰਾਈ ਵਾਲੀ ਗੱਲ। ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਨਾ, ਜਿਸ ਦੇ ਅੰਦਰ ਧਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਅਤੇ ਆਪਾਂ ਧਾਤ ਪਰਾਈ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਪਾਤਸ਼ਾਹ ਨੇ ਦੇਖੋ ਇੱਕ ਜ਼ੁਲਮ ਦੇ ਪਰਖਿਲਾਫ ਹੀ ਕਿੱਡੀ ਗੱਲ ਕਹੀ, ਕੱਲ ਕਾਤੀ ਰਾਜੇ ਕਾ ਸਾਈ, ਉਸ ਵੇਲੇ ਗੱਲ ਕਹੀ ਤੇ ਧਰਮ ਪੰਖ ਲੈ ਉੱਡਿਆ, ਉੱਡੀ ਗਿਆ ਉਹ, ਕਿਉਂਕਿ ਅਸੀਂ ਉਹ ਗੁਣਾਂ ਦੇ ਜੇ ਧਾਰਨੀ ਨਹੀਂ ਹੁੰਦੇ ਤਾਂ ਫਿਰ ਧਰਮ ਸਾਡੇ ਕੋਲ ਨਹੀਂ ਰਹਿਣਾ। ਧਰਮ ਜਿਹੜਾ ਹੈ
ਉਹ ਗੁਣ ਦੀ ਗਠੜੀ ਜਿਹੜੀ ਸਾਡੇ ਕੋਲ ਹੋਣੀ ਚਾਹੀਦੀ ਹੈ, ਦਇਆ, ਸੱਤ, ਸੰਤੋਖ, ਨਿਮਰਤਾ, ਪ੍ਰੇਮ, ਇਹ ਸਾਰਿਆਂ ਨੂੰ ਕਰੋ, ਇੱਕ ਦੂਜੇ ਨੂੰ ਕਰੀਏ। ਜੇ 26 ਮਿਲੀਅਨ ਸਿੱਖ ਹੈ ਨਾ, ਇਹ ਜੁੜਨ ਦੀ ਕੋਸ਼ਿਸ਼ ਕਰੀਏ, ਕਿਸੇ ਤਰ੍ਹਾਂ ਵੀ ਕਰੋ। ਇਹ ਨਾ ਕਹੋ ਬਾਪੂ ਦਾ ਇਹ ਨਹੀਂ ਪੜ੍ਹਨਾ ਅਤੇ ਉਹ ਨਹੀਂ ਪੜ੍ਹਨਾ ਅਤੇ ਇਹ ਨਹੀਂ ਕਰਨਾ, ਇਹ ਗੱਲਾਂ ਬੰਦ ਕਰੋ। ਪਹਿਲਾਂ ਇੰਨੀਆਂ ਉਲਝਣਾਂ ਨਹੀਂ ਸੀ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕੁਛ ਜ਼ਿਆਦਾ ਹੋ ਗਿਆ। ਮੈਨੂੰ ਲੱਗਦਾ ਸਾਨੂੰ ਸੁਚੇਤ ਹੋਣਾ ਪਏਗਾ ਇਹਨਾਂ ਗੱਲਾਂ ਪਾਸੇ। ਇਹ ਕਿਉਂਕਿ ਜਿਹੜੀ ਡਿਜੀਟਲ ਟੈਕਨੋਲੋਜੀ ਹੈ ਨਾ, ਅਤੇ ਬਹੁਤ ਟੈਕਨੋਲੋਜੀ ਨੇ ਪ੍ਰੋਗਰੈਸ ਕਰ ਲਿਆ, ਅਤੇ ਟੈਕਨੋਲੋਜੀ ਜਿਹੜੀ ਹੈ ਨਾ, ਇਹ ਧਰਮ ਨੂੰ ਸਮਝਦੀ ਉਹ ਇੱਕ ਪਾਸੇ ਰਹੇ, ਲੇਕਿਨ ਗੱਲ ਐਸੀ ਹੈ ਕਿ ਧਰਮ ਟੈਕਨੋਲੋਜੀ ਨੂੰ ਸਮਝਾ ਸਕਦਾ ਅਤੇ ਟੈਕਨੋਲੋਜੀ ਧਰਮ ਨਹੀਂ ਸਮਝਾ ਸਕਦੀ, ਉਹ ਫਿਰ ਅਸੀਂ ਬਹੁਤੇ ਟੈਕਨੀਕਲ ਹੁੰਦੇ ਜਾਂਦੇ ਹਾਂ। ਹੁਣ ਸਾਨੂੰ ਇੱਕ ਡਰ, ਇੱਕ ਬੜਾ ਗੁਰਪ੍ਰੀਤ ਸਿੰਘ ਜੀ, ਇਸ ਤਰ੍ਹਾਂ ਮਹਿਸੂਸ ਹੁੰਦਾ ਹੁੰਦਾ ਕਿ ਸਾਰਿਆਂ ਨੇ ਗੁਰਬਾਣੀ ਮੋਬਾਈਲ 'ਚ ਪਾ ਲਈ। ਅੱਛਾ, ਇਹ ਹੌਲੀ 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 ਉਹ, ਕਿਉਂਕਿ ਬਹੁਤ ਕਨਵੀਨੀਅੰਟ ਹੈ, ਲੇਕਿਨ ਮੱਥਾ ਟੇਕਣਾ, ਡੰਡੌਤ ਕਰਨੀ ਮਾਲਕ ਦੇ ਅੱਗੇ, ਇਹ ਸਾਡੇ ਅਗਲੀਆਂ ਜਨਰੇਸ਼ਨ ਨੇ ਭੁੱਲ ਜਾਣਾ ਹੈ ਕਿ ਲੋੜ ਹੀ ਨਹੀਂ, ਬਾਣੀ ਇੱਥੇ ਪੜ੍ਹ ਲੈਣੀ, ਗੁਰਦੁਆਰੇ ਜਾਣ ਦੀ ਕੀ ਲੋੜ। ਅਤੇ ਗੁਰੂ ਦੁਆਰੇ ਜਾਏ ਸੋਝੀ ਪਾਏ ਸੀ, ਉੱਥੇ ਦੀਆਂ ਗੱਲਾਂ ਕੁਛ ਹੋਰ ਨੇ। ਸਾਡਾ ਗੁਰੂ ਦਾ ਦੁਆਰਾ ਜਿਹੜਾ ਨਾ, ਗੁਰੂ ਦੀ ਮੱਤ ਉੱਥੋਂ ਮਿਲਣੀ ਹੈ। ਸੋ ਬੱਚਿਆਂ ਨੂੰ ਭੇਜਣਾ ਚਾਹੀਦਾ, ਜਾਓ ਉੱਥੇ। ਇਹ ਟੈਕਨੋਲੋਜੀ 'ਚ ਨਾ ਤੁਸੀਂ ਇੱਦੇ ਹੋ ਜਾਓ, ਡੁੱਬ ਜਾਓ ਕਿ ਤੁਹਾਨੂੰ ਉਹ ਜਿਹੜੀ ਸਾਡੀ ਟ੍ਰੈਡੀਸ਼ਨ ਹੈ ਕਿ ਉੱਥੇ ਨਮਸਕਾਰ ਕਰਨੀ ਹੈ ਮਾਲਕ ਨੂੰ, ਉਹ ਭੁੱਲ ਹੀ ਜਾਈਏ ਅਸੀਂ। ਸੋ ਇਹ ਟੈਕਨੋਲੋਜੀ ਕਰਕੇ ਨਾ ਅਸੀਂ ਡਿਸਕੋਨੈਕਟ ਸਾਡਾ ਵੱਧਦਾ ਜਾ ਰਿਹਾ, ਅਸੀਂ ਇਹਦੇ 'ਤੇ ਜ਼ਿਆਦਾ ਨਿਰਭਰ ਕਰਦੇ। ਇੱਕ ਭਾਈ ਸਾਹਿਬ, ਮੇਰੇ ਮਨ 'ਚ ਕੁਦਰਤੀ ਹੁਣੇ ਆਪ ਜੀ ਦੇ ਬਚਨ ਸੁਣਦਾ ਸੁਣਦੇ ਆ ਰਿਹਾ ਕਿ ਆਪ ਜੀ ਖੁਦ ਇੰਜੀਨੀਅਰ ਹੋ ਬੜੇ ਉਸ ਪੱਧਰ 'ਤੇ ਵੀ, ਅਤੇ ਅੱਜ ਥੋੜ੍ਹਾ ਜਿਹਾ ਇੱਕ ਇਹ ਵੀ ਗੱਲ ਕਹੀ ਜਾ ਰਹੀ ਕਿ ਸਾਇੰਸ ਇੱਦਾਂ ਕਹਿੰਦੀ ਹੈ, ਧਰਮ ਇੱਦਾਂ, ਧਰਮ ਦਾ ਅਤੇ ਸਾਇੰਸ ਦਾ ਜਿਹੜਾ ਆਪਸ ਦੇ ਵਿੱਚ ਸੰਬੰਧ ਕਹਿ ਲਈਏ ਜਾਂ ਤਕਰਾਰ ਕਹਿ ਲਈਏ, ਇਹਦੇ ਪ੍ਰਥਾ ਥੋੜ੍ਹਾ ਜਿਹਾ ਸੰਗਤਾਂ ਨੂੰ ਕੋਈ ਗਿਆਨ ਦਿਓ ਕਿ, ਕਿਉਂਕਿ ਕਈ ਵਾਰੀ ਸਾਡੇ ਆਮ ਬੰਦਿਆਂ ਨੂੰ ਕਹਿ ਦਿੰਦੇ ਇਹ ਤਾਂ ਅਨਪੜ੍ਹ ਨੇ ਜੀ, ਇਹਨਾਂ ਨੇ ਤਾਂ ਇੱਦਾਂ ਦੀਆਂ ਗੱਲਾਂ ਕਰਦੀਆਂ, ਪਰ ਆਪ ਜੀ ਨੇ ਆਪਣੇ ਜੀਵਨ ਦੇ ਅਨੁਭਵ ਦੇ ਵਿੱਚੋਂ ਕੁਝ ਬਚਨ ਜ਼ਰੂਰ ਸਾਂਝੇ ਕਰੋ। ਧਰਮ ਜਿਹੜਾ ਹੈ ਉਹ ਟੈਕਨੋਲੋਜੀ ਨੂੰ ਸਮਝਾ ਸਕਦਾ, ਜੇ ਛੋਟੀ ਜਿਹੀ ਇੱਦਾਂ ਹੀ ਗੱਲ ਕਹਿ ਦਈਏ। ਹੁਣ ਪਾਤਸ਼ਾਹ ਕਹਿ ਰਹੇ ਨੇ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ, ਇਹ ਨੈਸਾ ਨੂੰ ਅਜੇ ਪਤਾ ਨਹੀਂ ਲੱਗਿਆ। 84 ਲੱਖ ਜੂਨ ਉਹ ਪਾਈ, ਅਜੇ ਤੱਕ 8.4 ਮਿਲੀਅਨ ਸਪੀਸੀਜ਼ ਇਹ ਸਾਇੰਟਿਸਟ ਨਹੀਂ ਲੱਭ ਸਕੇ, ਲੇਕਿਨ ਉਹ ਕਿਹੜੀ ਹਾਰਵਰਡ ਯੂਨੀਵਰਸਿਟੀ ਗਏ ਸਨ। ਹਾਂਜੀ, ਇਹ ਗੱਲਾਂ ਜਿਹੜੀਆਂ ਹੈ, ਲੇਕਿਨ ਅਸੀਂ ਇਹ ਕਹਿੰਦੇ ਹਾਂ ਉਹ ਵੀ ਠੀਕ ਹੈ, ਸਾਇੰਸ ਵੀ ਬੜਾ ਕੰਮ ਕਰਦੀ ਹੈ, ਅੱਛਾ ਕੰਮ ਕਰਦੀ ਹੈ, ਉਹਨੂੰ ਵੀ ਪੜ੍ਹੋ ਕਰੋ, ਲੇਕਿਨ ਧਰਮ ਨੂੰ ਨਾਲ ਰੱਖੋ, ਫਿਰ ਸੋਨੇ ਤੇ ਸੁਹਾਗਾ। ਤੁਸੀਂ ਇੱਕ ਚੀਜ਼ ਕਰੋਗੇ ਤੇ ਤੁਹਾਨੂੰ ਕਈ ਵਾਰੀ ਮੁਸ਼ਕਿਲ ਆਏਗੀ। ਹੁਣ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਪਤਾ, ਸਾਡੇ ਕੋਲ ਤਾਂ ਮੋਬਾਈਲ ਵੀ ਨਹੀਂ, ਅਸੀਂ ਦੇਖਦੇ ਹਾਂ ਹੌਲੀ ਹੌਲੀ ਆਊਟਡੇਟਡ ਹੋਈ ਜਾਂਦੇ ਨੇ, ਆਬਸੋਲੀਟ ਬਣਦੇ ਜਾਂਦੇ ਹਾਂ, ਕਿਉਂਕਿ ਹਰ ਚੀਜ਼ ਹੁਣ ਟਿਕਟਾਂ, ਤੁਸੀਂ ਟਰੈਵਲ ਕਰਨਾ ਹੈ ਉਹ ਇਲੈਕਟ੍ਰੋਨਿਕ ਟਿਕਟਾਂ ਨੇ, ਸਭ ਕੁਛ ਉਹ ਮੋਬਾਈਲ 'ਤੇ ਹੀ ਹੋਈ ਜਾ ਰਿਹਾ, ਸਾਰਾ ਕੁਛ ਹੋਈ ਜਾ ਰਿਹਾ। ਸੋ ਦੁਨੀਆ ਇੱਧਰ ਨੂੰ ਜਾਈ ਜਾ ਰਹੀ ਹੈ, ਲੇਕਿਨ ਮੁਸ਼ਕਿਲਾਂ ਵੀ ਜ਼ਿਆਦਾ ਆ ਰਹੀਆਂ। ਧਰਮ ਦੇ ਨਾਲ ਨਾਲ ਚੱਲੇ, ਫਿਰ ਇਹ ਮੁਬਾਰਕ ਹੈ ਸਾਇੰਸ ਵੀ ਜੀ। ਸੋ ਬਿਲਕੁਲ, ਇਹ ਜਿਹੜੀ ਗੁਰੂ ਸਾਹਿਬ ਜੀ ਦੀ ਰਹਿਮਤ, ਮੈਂ ਸਮਝਦਾ ਕਿ ਆਪਾਂ ਜ਼ਰੂਰ ਮਾਣੀਏ। ਮਹਾਰਾਜ ਜੀ ਦੀਆਂ ਇਹ ਰਹਿਮਤਾਂ 550 ਸਾਲਾਂ ਵੀ ਆਪਾਂ ਮਨਾ ਰਹੇ ਹਾਂ, ਅਤੇ ਬੜਾ ਇੱਕ ਸੋਹਣਾ ਸਮਾਂ ਹੁੰਦਾ, ਕਿਉਂਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮ ਮੈਂ ਕਿ ਹੋਵੋ ਜੋੜੀ, ਗੁਰਮਤਿ ਬੈਠੋ ਸਫਾ ਵਿਛਾਈ। ਸੋ ਮੈਨੂੰ ਲੱਗਦਾ ਕਿ ਆਪਾਂ ਸਾਰਾ ਪੰਥ ਹੀ ਇੱਕ ਵਾਰੀ ਸਿਰ ਜੋੜ ਕੇ ਬੈਠੀਏ, ਤਾਂ ਕਿ ਸਾਡੇ ਬਾਪੂ ਨੂੰ ਖੁਸ਼ੀ ਹੋਏ ਕਿ ਮੇਰੇ ਬੱਚੇ ਕਿੰਨੇ ਸੋਹਣੇ ਢੰਗ ਦੇ ਨਾਲ ਇਹ ਦਿਹਾੜਾ ਮਨਾ ਰਹੇ। ਕਈ ਗੁਰਪ੍ਰੀਤ ਸਿੰਘ, ਅਸੀਂ ਮਨ 'ਚ ਮਾਫ਼ ਕਰਿਓ ਸਾਨੂੰ ਜੇ ਅਸੀਂ ਕਹੀਏ, ਸਾਨੂੰ ਆਪਣੀ ਰਹਿਤ ਮਰਿਆਦਾ ਵੀ ਇੱਕ ਵਾਰੀ ਫਿਰ ਵਿਜ਼ਿਟ ਕਰਨੀ ਚਾਹੀਦੀ ਹੈ। ਜੇ ਦੁਬਿਧਾ ਆਪਾਂ ਕ੍ਰੀਏਟ ਕਰਦੇ ਹਾਂ, ਉਹ ਦੁਬਿਧਾ ਦੂਰ ਹੋਣੀ ਚਾਹੀਦੀ ਹੈ। ਜੇ ਅਸੀਂ ਕਹੀਏ ਜਿਹਨੇ ਮਾਸ ਖਾਣਾ ਉਹ ਖਾ ਸਕਦਾ, ਜਿਹਨੇ ਨਹੀਂ ਖਾਣਾ ਨਾ ਖਾਵੇ, ਇਹ ਫੈਸਲਾ ਨਹੀਂ ਹੈ। ਸਾਨੂੰ ਕਈ ਇਹੋ ਜਿਹੀਆਂ ਗੱਲਾਂ 'ਤੇ ਦੁਬਾਰਾ ਸੋਚ ਕਰਨੀ ਚਾਹੀਦੀ ਹੈ। ਜਿਹਨੇ ਰਾਗ ਮਾਲਾ ਪੜ੍ਹਨੀ ਉਹ ਪੜ੍ਹ ਲਵੇ, ਜਿਹਨੇ ਨਹੀਂ ਪੜ੍ਹਨੀ ਨਾ ਪੜ੍ਹੇ, ਇਹ ਕੋਈ ਫੈਸਲਾ ਨਹੀਂ ਹੈ। ਇਸ ਤਰ੍ਹਾਂ ਇਹ ਸਾਡੇ ਪੰਥ ਦੇ ਵਿੱਚ ਫਿਰ ਜਿਹੜਾ ਹੈ ਉਹ
ਇੱਕ ਬੜਾ ਵੱਡਾ ਫ੍ਰੈਕਚਰ ਕ੍ਰੀਏਟ ਕਰ ਦਿੰਦੀ ਹੈ ਜੀ। ਇਹਦਾ ਮਹਿਸੂਸ ਹੁੰਦਾ ਸਾਰੇ ਸਿਆਣੇ ਨੇ, ਜਿਸ ਤਰ੍ਹਾਂ ਵੀ ਕੀਤਾ ਜਾਵੇ ਇੱਕ ਡਿਸੀਜਨ ਹੋਣੀ ਚਾਹੀਦੀ ਹੈ। ਬਿਲਕੁਲ, ਉਸ ਡਿਸੀਜਨ ਨਾਲ ਨਾ ਪੰਥ ਫਿਰ ਇੱਕ ਪਾਸੇ ਚੱਲੇਗਾ, ਇਕੱਠਾ ਹੋਏਗਾ। ਇਹ ਜ਼ਰੂਰ ਹੈ, ਇੱਕਦਮ ਹਰ ਚੀਜ਼ ਇਕੱਠੀ ਨਹੀਂ ਹੋ ਸਕਣੀ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਭਿਖਮ ਮਾਰਗ ਚੱਲ। ਹੈਂ, ਕੋਈ ਇਨਸਾਨ ਮਾਲਕ ਨੇ ਇੱਕੋ ਜਿਹਾ ਬਣਾਇਆ ਨਹੀਂ, ਸੋਚ ਥੋੜ੍ਹੀ ਬਹੁਤ ਇੱਧਰ ਉੱਧਰ ਹੋਏਗੀ, ਲੇਕਿਨ ਕਈ ਜਿਹੜੇ ਮੇਨ ਮਸਲੇ ਨੇ ਉਹਨਾਂ ਦੇ ਉੱਤੇ ਸਾਡੀ ਏਕਤਾ ਹੋਣੀ ਬੜੀ ਜ਼ਰੂਰੀ ਹੈ, ਫਿਰ ਸਾਰੀ ਏਕਤਾ ਹੋਵੇ। ਬਿਲਕੁਲ, ਇਹੀ ਸਾਡੀ ਅਰਦਾਸ ਹੈ, ਤੇਰੀ ਮਰਜ਼ ਕਬੂਲ ਕਰਨ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਸਾਰੇ ਸਿਰ ਜੋੜ ਕੇ ਮਹਾਰਾਜ ਦੀ ਉਸ ਰਹਿਮਤ ਨੂੰ ਪ੍ਰਾਪਤ ਕਰਨ ਦੇ ਵਾਸਤੇ ਹੰਬਲਾ ਮਾਰੀਏ, ਅਤੇ ਜਿਵੇਂ ਮਹਾਂਪੁਰਖਾਂ ਨੇ ਭਾਈ ਸਾਹਿਬ ਜੀਆਂ ਨੇ ਹੁਣੇ ਬਚਨ ਸਾਂਝੇ ਕੀਤੇ ਨੇ, ਗੁਰੂ ਸਾਹਿਬ ਸਾਡੀ ਉਹ ਬੇਨਤੀ ਅਰਦਾਸ ਪ੍ਰਵਾਨ ਕਰਨ, ਅਤੇ ਸਾਰੇ ਹੀ ਅਸੀਂ ਗੁਰੂ ਸਾਹਿਬ ਜੀ ਦੇ ਚੰਗੇ ਬੱਚੇ ਬਣ ਕੇ ਉਹਨਾਂ ਦੀ ਖੁਸ਼ੀ ਹਾਸਲ ਕਰਕੇ ਉਹਨਾਂ ਦਾ ਵੱਡਾ ਦਿਹਾੜਾ ਆ ਰਿਹਾ ਉਹ ਮਨਾਈਏ। ਸੋ ਭਾਈ ਸਾਹਿਬ ਜੀ, ਤੁਸੀਂ ਬੜੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਅਸੀਂ ਆਪ ਜੀ ਦੇ ਧੰਨਵਾਦ ਦੀ ਫਤਿਹ ਅਰਜ਼ ਕਰਦੇ ਹੋਏ ਅੱਗੇ ਲਵਾਂਗੇ ਆਪ ਜੀ ਪਾਸੋਂ ਜੀ। ਸੰਗਤਾਂ ਦਾ ਵੀ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।